ਕਰੰਟ ਪਾ ਕੇ ਬੈਠੂ ਸਾਰੇ ਚ, ਇਹ ਮੇਰਾ ਵਾਦਾ ਤੁਹਾਡਾ ਪੂਰਾ ਕਰੰਟ ਬਣਨਾ ਤੁਹਾਡੇ ਚ। ਪ੍ਰਧਾਨ ਉਹ ਬਣਨਗੇ ਜਿਹੜੇ ਚਲਾ ਸਕਦੇ ਨੇ। ਉਹ ਕਿਉਂ ਕਹਿਣਗੇ ਰਿਸ਼ੀ ਦਾ ਰਾਜਾ ਜੀ ਪ੍ਰਧਾਨ ਬਣਨਾ? ਉਹ ਕਿਉਂ ਕਹਿਣਗੇ ਪ੍ਰਵੀਨ ਜਾਣਾ ਪ੍ਰਧਾਨ ਬਣਨਾ? ਉਹ ਕਿਉਂ ਕਹਿਣਗੇ ਸਪਰਾ ਪ੍ਰਧਾਨ ਬਣਨਾ? ਉਹ ਕਿਉਂ ਕਹਿਣਗੇ ਜਗੀ ਜਗਾ ਪ੍ਰਧਾਨ ਬਣਨਾ? ਉਹਨਾਂ ਨੂੰ ਤਕਲੀਫ ਹੀ ਹੈ ਵੀ ਰਾਜਨੀਤਿਕ ਅਗਰ ਕਿਸੇ ਵੀ ਸਾਰੀ ਬਰਾਬਰੀ ਨਾਲ ਇਕੱਲਾ ਰਾਜ ਪੂਰੇ ਕਹਿਣਾ, ਪੂਰੇ ਪੰਜਾਬ ਵਿੱਚ ਕਹਿਣਾ, ਪੂਰੇ ਹਿੰਦੁਸਤਾਨ ਕਹਿਣਾ, ਖਾਸ ਤੌਰ ਤੇ ਰਾਜ ਦੇ ਵਾਸਤੇ ਬਰਾਬਰੀ ਨਾਲ ਸਾਡੀ ਕਈ ਕਿਤੇ ਨਾਲ ਠੱਗਾ ਜੀ ਨੇ ਕੀ ਗਿਆ। ਸਭ ਤੋਂ ਪਹਿਲਾਂ ਮੈਂ ਕਰਦਾ ਮੇਰੀ ਜਾਨ ਆ ਜਾਏ, ਹੁਣ ਟੱਕਰ ਨਹੀਂ ਦੇਣ ਵਾਲਾ ਮੈਂ ਕਹਿੰਦਾ। ਇਹ ਤੁਹਾਡੇ ਸਾਰਿਆਂ ਦਾ ਵਾਦਾ, ਕੋਈ ਘਬਰਾਓ ਨਾ, ਤੁਸੀਂ ਹੁਣ ਆਪਣਾ ਖੋਲ ਕੇ ਕੰਮ ਕਰੋ। ਮੈਂ ਵਾਰ ਵਾਰ ਕਹਿੰਦਾ ਮੈਂ ਘਬਰਾਉਣਾ ਕਿ ਨਹੀਂ ਡਰਨਾ ਕਿ ਨਹੀਂ ਕਿਸੇ ਕੋਲ, ਜਿਵੇਂ ਕਿ ਪਿੱਛੋਂ ਇੱਕ ਨਾਰਾ ਚੱਲੇ ਨਾ ਡਰੇਗਾ ਨਾ ਝੁਕੇਗਾ। ਮੈਂ ਉਹ ਟਾਈਮ ਆ ਗਈ ਹੋਰ ਪੂਰੀ ਨਾ ਕਦੋਂ ਡਰੇ ਤੇ ਨਾ ਕਦੋਂ ਝੁਕੇ। ਬਾਰ ਬਾਰ ਕਹਿੰਦਾ ਮੈਂ ਬਿਲਕੁਲ ਕਹਿ ਨਹੀਂ ਡਰਦਾ ਕਿ ਨਹੀਂ, ਇਹਨਾਂ ਦਾ ਧੱਕਾ ਪਿਆ ਸਭ ਤੋਂ ਪਹਿਲਾਂ ਕੋਈ ਪਰਚਾ ਦੇਣਾ ਉਹ ਤੇ ਮੈਂ ਬਣਾਉਂਦਾ ਬਿਲਕੁਲ ਕਦੋਂ ਮਰਜ਼ੀ ਤੁਹਾਨੂੰ ਸਦੋ। ਚਲੋ ਬਰਾਦਰੀ ਦਾ ਇਹੀ ਹੈ, ਮੈਂ ਹਲਕਾ ਰਾਜਪੁਰੇ ਦਾ ਧੱਕਾ ਨਹੀਂ ਪਾਉਣ ਦਿੰਦਾ, ਹਲਕਾ ਰਾਜਪੁਰੇ ਦਾ ਵੀ ਧੱਕਾ ਨਹੀਂ ਪਾਉਣ ਦਿੰਦਾ। ਮੇਰਾ ਵਾਦਾ ਸਾਰਾ ਹੈ, ਪਹਿਲਾਂ ਤੋਂ ਕਿਹਾ ਲੈ ਕੇ ਠੀਕ ਸੀਗੇ ਜੇ ਚੁੱਪਚਾਪ ਰਹੇ ਨੇ, ਜੇ ਕਿਸੇ ਦੇ ਬੋਲਣ ਤੇ ਕੋਈ ਤਾੜੀ ਨਹੀਂ ਵੱਜੀ ਤਾਂ ਇਹਦਾ ਮਤਲਬ ਮੇਰਾ ਸਟੈਂਡ ਹੋਈ ਹੈ ਜੋ ਬਰਾਦਰੀ ਕਹੇਗੀ। ਜੇ ਅਸੀਂ ਬਰਾਦਰੀ ਦੇ ਜਿੰਮਾਰ ਬਣੇ ਹਾਂ, ਜੋ ਬਰਾਦਰੀ ਉਸ ਵੇਲੇ ਇਜਾਜ਼ਤ ਦੇਗੀ ਉਸੇ ਤਰ੍ਹਾਂ ਕਰਾਂਗੇ। ਸਾਡੀ ਬਹਾਵਲਪੁਰ ਬਰਾਦਰੀ ਹਰ ਬਰਾਦਰੀ ਦਾ ਸਨਮਾਨ ਕਰਦੀ ਹੈ, ਹਰ ਕਮਿਊਨਿਟੀ ਦਾ ਸਨਮਾਨ ਕਰਦੀ ਹੈ, ਲੇਕਿਨ ਸਾਨੂੰ ਜਿਹੜਾ ਇਹ ਹਰ ਟਾਈਮ ਤੇ ਅੱਖਾਂ ਦਿਖਾਏ ਵੇ ਦਿਨ, ਕਿਉਂਕਿ ਅਸਾਂ ਬਿਖਰ ਦਿੰਦੇ ਹਾਂ, ਕਿਉਂਕਿ ਆਪਾਂ ਸਾਰੇ ਹੀ ਜਾਣਦੇ ਹਾਂ ਪਿੱਛੋਂ ਜੋ ਰੂਦਰਾ ਸਾਲਾਂ ਦੇ ਵਿੱਚ ਆਪਣੇ ਟਾਊਨ ਨਾਲ ਆਪਣੀ ਬਰਾਦਰੀ ਨਾਲ ਉੱਥੇ ਮੈਂ ਸੰਬੰਧਾਂ, ਕਿਉਂਕਿ ਆਪਾਂ ਸਾਰੇ ਹੀ ਪੜ੍ਹੇ ਲਿਖੇ ਬੁੱਧੀਵਾਨ ਲੋਕ ਹੈ, ਬੁੱਧੀਜੀਵੀ ਵਰਗ ਹੈ, ਮੈਨੂੰ ਉੱਥੋਂ ਦਾ ਜ਼ਿਕਰ ਕਰਨ ਦੀ ਲੋੜ ਹੈ ਨਹੀਂ, ਕਿਉਂਕਿ ਆਪਾਂ ਸਾਰੇ ਦੀ ਬੱਲੀਬਾਜ਼ ਹਰ ਗੱਲ ਤੋਂ ਪਰਿਚਿਤ ਹੈ ਔਰ ਹਰ ਗੱਲ ਦਾ ਆਪਾਂ ਟਾਈਮ ਟੂ ਟਾਈਮ ਜਵਾਬ ਦੇ ਦਿੰਦੇ ਹਾਂ। ਅਗਰ ਆਪਾਂ ਮਿਊਨਸੀਪੈਲਿਟੀ ਦੀ ਗੱਲ ਕਰੂੰ, ਨਕਸ਼ਾ ਫੀਸ ਦੀ ਸਿਰਫ ਆਪਾਂ ਇੱਕ ਛੋਟਾ ਜਿਹਾ ਐਗਜ਼ਾਮਪਲ ਚਾਹ ਲਓ, 2 ਸਾਲ ਤੋਂ ਪਹਿਲੇ ਜਦੋਂ ਵੀ ਮਿਊਨਸੀਪੈਲਿਟੀ ਬਣੀ ਹੈ, ਜੋ ਆਪਣੇ ਰੇਟ ਹਨ ਉਹ ਪੰਜਾਬ ਦੇ ਵਿੱਚ ਸਭ ਦਾ ਨੂੰ ਘੱਟ ਹਨ ਔਰ ਹੀਟਮ ਜਿਹੜੇ ਰੇਟ ਹਨ ਉਹ ਪੰਜਾਬ ਦੇ ਵਿੱਚ ਸਭ ਤੋਂ ਵੱਧ ਹਨ। ਇਹ ਸਿਰਫ ਆਪਣੇ ਵਿਖਰਨ ਕਰਕੇ, ਇਕੱਠੇ ਨਾ ਥਿਮਣ ਕਰਕੇ ਇਹ ਜੋ ਰਿਜ਼ਲਟ ਹਨ ਆਪਣੀ ਬਰਾਦਰੀ ਨੂੰ, ਉਹ ਰਾਜਪੁਰਾ ਟਾਊਨ ਜਿਹੜੀ ਆਪਣੀ ਬਾਬਲਪੁਰ ਬਰਾਦਰੀ ਦੀ ਰਾਜਧਾਨੀ ਹੈ, ਆਪਾਂ ਕੋਈ ਭੁਗਤਣਾ ਪਾਉਂਦੇ। ਕਿੱਥੇ ਵੀ ਕੋਈ ਵੀ ਰਾਜਨੀਤਿਕ ਰੂਪ 'ਤੇ ਉੱਠ ਕੇ ਜਿਹਦੇ 'ਤੇ ਕੋਈ ਦਿੱਕਤ ਆਉਂਦੀ ਹੈ, ਮੈਂ ਇਹ ਗੱਲ ਦੀ ਵੀ ਜੱਗਾ ਜੀ ਦੀ ਪ੍ਰਸ਼ੰਸਾ ਕਰੇ ਨਾ ਔਰ ਆਪਣੇ ਵੱਲੋਂ ਔਰ ਮੇਰੇ ਨਾਲ ਆਏ ਨੇ ਪ੍ਰਦੀਪ ਨੰਦਾ ਜੀ, ਬੈਡਨ ਸਮਾਜ ਸੇਵੀ 115 ਵਾਰ ਜਿਹਨਾਂ ਨੇ ਬਲੱਡ ਡੋਨੇਟ ਕੀਤੇ, ਸਪਰਾ ਜੀ ਬੈਡਨ, ਬਿਪਨ ਜੀ ਬੈਡਨ, ਉਹ ਸਾਡੇ ਬਾਬਲਪੁਰ ਜਿੰਨੇ ਕੌਂਸਲਰ ਹਨ, ਮੈਂ ਸਭ ਨੂੰ ਵਿਸ਼ਵਾਸ ਦਿਵਾਉਂਦਾ ਕਿ ਸਾਡੇ ਵੀ ਜਿੱਥੇ ਲੋੜ ਹੈ ਅਸਾਂ ਰਾਜਨੀਤੀ ਦੂਰ 'ਤੇ ਉੱਠ ਕੇ ਹਰ ਕਦਮ 'ਤੇ ਤੁਹਾਡੇ ਨਾਲ। ਮਤਲਬ ਹੈ ਬਈ ਜਾਤਕਾਂ ਦੀ ਗੱਲ ਕੀਤੀ ਤਾਜ਼ੀ ਮਿਸਾਲ ਮੈਂ ਤੁਹਾਨੂੰ ਲੈਵਾਂ, ਜਾਤਕਾਂ ਦਾ ਤਾਕਤ ਵਾਲੇ ਕਰਦੇ ਰਹਿਣ, ਉਹਦੇ ਅੱਗੋਂ ਕੌਣ ਖੜਦਾ ਇਹ ਨੂੰ ਦੇਖਣ ਵਾਲੀ ਗੱਲ। ਇੱਕ ਕਾਲਜ ਜਿਹਦੀ ਬੜੀ ਤਾਰੀਫ ਕੀਤੀ ਗਈ ਹੈ ਤੇ ਜਿਸ ਤੋਂ ਪੜ੍ਹ ਕੇ ਸਾਡੀ ਬਰਾਦਰੀ ਵੱਡੇ ਵੱਡੇ ਅਹੁਦੇ ਤੇ ਪਹੁੰਚ ਗਈ ਹੈ। ਉਹ ਕਾਲਜ ਨੂੰ ਬਣਾਉਣ ਸਿਰਫ ਤੇ ਸਿਰਫ ਮਾਸ਼ੇ ਸ਼ਾਂਤੀ ਪ੍ਰਕਾਸ਼ ਜੀ ਦਾ ਹੱਥ, ਬਾਕੀ ਲੋਕ ਨਾਲ ਹਨ, ਸੁਨੀ ਚੇਤਨ ਦੇਵ ਜੀ ਹਨ, ਸ਼ਾਇਦ ਵਕੀਲ ਸ਼ਾਮ ਲਾਲ ਜੀ ਹਨ, ਪਰ ਦੋਸਤੋ ਰਾਜਨੀਤੀ ਦੇ ਲੋਕਾਂ ਕਰਕੇ ਉੱਥੇ ਹੀ ਗ੍ਰਾਫ ਸਾਡਾ ਮੈਂਬਰੇ ਦਾ ਖਰਚੇ ਕਰਦੇ ਹੁਣ ਬਿਲਕੁਲ ਕਰਦੇ ਹੁਣ ਮੈਂਬਰ ਬਣਾਏ ਗਏ ਤੁਹਾਡੇ ਸਾਹਮਣੇ, ਬਾਹਰੋਂ ਮੈਂਬਰ ਬਣਾਏ ਗਏ ਜਿਹਨਾਂ ਦਾ ਕੋਈ ਵਾਸਤਾ ਨਹੀਂ ਰਾਜਪੁਰੇ ਦੇ ਨਾਲ, ਜਿਹਨਾਂ ਦੇ ਗੁਰੂ ਜੀ ਨੇ ਸੋਚਿਆ ਤਾਂ ਕਹਿਣਾ ਉਸ ਕਾਲਜ ਕੀ ਬਣਿਆ, ਉਹਨਾਂ ਨੂੰ ਮੈਂਬਰ ਬਣਾਇਆ ਗਿਆ। ਇਹ ਚੀਜ਼ਾਂ ਵਾਸਤੇ ਉਹ ਤਾਂ ਆਪਣੇ ਇਕੱਠਾ ਸਿਵਣਾ ਪੋ ਸਕੀ, ਇਤਨਾ ਤਾਂ ਆਪਣਾ ਸ਼ਾਸਨ ਦੇਣਾ ਵੀ ਜੈ ਵਖਤ ਵੀ ਕੋਈ ਵੀ ਬੰਦਾ ਬਹੁਤ ਬੁਰੀ ਨਾਲ ਨਾ ਖੜੇ, ਇਹ ਸੇਵਕ ਤੁਹਾਡੇ ਨਾਲ ਖੜਦੇ। ਅੱਜ ਤੁਸੀਂ ਆਏ ਵੇਖ ਸਕੇ ਮਨ ਬੜਾ ਖੁਸ਼ ਸੀ, ਲੇਕਿਨ ਕੁਛ ਲੋਕ ਜਿਹੜੇ ਹਨ
ਉਹ ਇਹ ਨਹੀਂ ਚਾਹੁੰਦੇ ਕਿ ਆਪਸ ਦੇ ਵਿੱਚ ਬਿਰਾਦਰੀ ਜਿਹੜੀ ਹੈ ਉਹ ਇਕੱਠੀ ਸੀ। ਲੇਕਿਨ ਅਫਸੋਸ ਇਹ ਚੀਜ਼ ਦਾ ਹੈ ਕਿ ਜਿਹੜੇ ਬਾਹਰ ਦੇ ਬੰਦੇ ਨੇ ਨਾ ਉਹ ਸਭ ਜਿਹੜਾ ਹੈ ਉਹ ਆਪਸ ਦੇ ਵਿੱਚ ਜਿਹੜਾ ਹੈ ਉਹ ਤਾਲਮੇਲ ਨਹੀਂ ਕਰਨ ਦਿੰਦੇ ਵੀ ਇਹਨਾਂ ਦਾ ਤਾਲਮੇਲ ਨਾ ਬਣਿਆ ਅਤੇ ਜੱਗਾ ਜੀ ਵਰਗੇ ਦਲੇਰ ਬੰਦੇ ਸਾਡੇ ਨਾਲ ਹਨ ਤਾਂ ਵੱਲ ਜਿਹੜੇ ਸਭ ਕਿਸੇ ਕਿਸਮ ਦੀ ਕੋਈ ਲੋੜ ਹੀ ਕਹਿਣੀ ਕਿਉਂ ਬਾਹਰ ਦੇ ਬੰਦੇ ਸਾਡੇ ਨਾਲ ਆ ਕੇ ਧੱਕਾ ਕਰਨ ਕੌਣ ਪੁੱਛਦੇ ਕੌਣ ਪੁੱਛਦੇ ਗਿੱਦੜੇ ਕਾਵਾਂ ਕੋਣ ਬੰਦ ਪਿੰਜਰੇ ਵਿੱਚ ਤਾਂ ਬੱਬਰ ਸ਼ੇਰ ਹੋਣੇ ਜਿਹੜੀ ਕੌਮ ਕਦੀ ਵੀ ਨਹੀਂ ਮਰ ਸਕਦੀ ਜਿਹਨਾਂ ਵਰਗੇ ਜੱਗੇ ਵਰਗੇ ਬੰਦੇ ਦਲੇਰ ਹੋਣ ਕਿ ਕਈ ਬਰਾਦਰੀ ਦਾ ਭਵਿੱਖ ਜਾਂ ਸਥਿਰਤਾ ਬਗੈਰ ਰਾਜਨੀਤੀ ਤੋਂ ਕਾਇਮ ਨਹੀਂ ਸਕਦੀ। ਰਾਜਨੀਤੀ ਬਹੁਤ ਜ਼ਰੂਰੀ ਹੈ, ਸਾਨੂੰ ਰਾਜਨੀਤੀ ਦੇ ਵਿੱਚ ਬਹੁਤ ਤਕੜੇ ਠੀਕ ਕਰਨਾ ਹੋਣਾ ਚਾਹੀਦਾ। ਜ਼ਮੀਨ ਬੰਦਾ ਤਾਂ ਕੋਈ ਨਿਕਲ ਵੇ ਨਾ ਆਉਂਦੇ, ਗੁੰਡੇ ਤਾਂ ਸਿਰਫ ਚਾਰ ਇੱਕ ਨਹੀਂ ਆਉਂਦੇ, ਜ਼ਿਆਦਾ ਠੀਕ ਨਹੀਂ ਹੁੰਦੇ। ਔਰ ਬਹੁਤ ਹੀ ਬਰਾਦਰੀ ਨੇ ਇਹ ਕਈ ਵਾਰੀ ਸਬਕ ਸਿਖਾ ਚੁੱਕੇ ਜਿੰਦੇ ਜੋ ਕਾਲਾ ਸ਼ਾਹ ਲੋਕ ਹੈ ਉਹਨਾਂ ਕੋਲ ਕਈ ਵਾਰੀ ਸਬਕ ਸਿੱਖਿਆ। ਆਪਾਂ ਹੁੰਦੇ ਬਰਾਦਰੀ ਦੇ ਸੱਚੇ ਸਿਪਾਹੀ ਮਹਿਸੂਸ ਕਰੇ ਸੋ ਆਪਣੇ ਆਪ ਨੂੰ ਕਿ ਜਿਹਦੇ ਕੰਡਾ ਸਿੱਧਾ ਪਛੜ ਗਏ ਤੇ ਦਰਦ ਵਿਪਕਸ਼ ਥੀ ਹੋ। ਕਈ ਤਾਨਾ ਸ਼ਾਹ ਦੀ ਇਤਨੀ ਜ਼ੁਰਤ ਕਰਨਾਈ ਕਿ ਕਈ ਬਹੁਤ ਪੁੱਛਿਆ ਰੇੜੀ ਵਾਲਾ ਚਾਹੇ ਰੇੜੇ ਵਾਲਾ ਉਹ ਤੰਗ ਕਰ ਵਜੇ ਸਾਰੇ ਨੂੰ ਇਕੱਠਾ ਦਿਵਾਉਣਾ ਚਾਹੀਦਾ। ਤਾਂ ਹੀ ਇਹੋ ਜਿਹੇ ਸਮਾਗਮ ਕਰਨ ਦਾ ਫਾਇਦਾ ਹੈ, ਤਾਂ ਹੀ ਆਪਣੀ ਬਰਾਦਰੀ ਤਰੱਕੀ ਕਰ ਸਕਦੀ ਹੈ, ਤਾਂ ਹੀ ਸਾਡੀ ਬਰਾਦਰੀ ਤੋਂ ਬਾਹਰਲੇ ਲੋਕ ਦੱਸਣ, ਤਾਂ ਹੀ ਰਾਜਨੀਤਿਕ ਲੋਕ ਆ ਕੇ ਸਾਡੇ ਚਰਨ ਵਿੱਚ ਜੁੱਟ ਸਨ। ਜੈ ਭਾਰਤ ਜੈ ਭਾਰਤ। ਪਰ ਮੈਂ ਜੱਗਾ ਜੀ ਜੋ ਨੌਜਵਾਨ ਨੇ ਜਿਨ੍ਹਾਂ ਨੇ ਆਪਣਾ ਰਿਸਕ ਲੈ ਕੇ ਇਲੈਕਸ਼ਨ ਵੀ ਲੜਿਆ ਹੈ, ਫਿਰ ਵੀ ਬਹਾਦਪੁਰ ਭਾਈਚਾਰੇ ਦੀ ਤਰਫੋਂ ਉਹਨਾਂ ਨੂੰ ਕਾਫੀ ਵੋਟ ਪਈ ਹੈ। ਕਿਸੇ ਨਾ ਕਿਸੇ ਨੂੰ ਕਿਸੇ ਨਾ ਕਿਸੇ ਕੋ ਗੱਲ ਨੂੰ ਆਉਣਾ ਹੀ ਪੋਸੀ। ਆਪਾਂ ਇਹ ਕਹਿੰਦੇ ਵੀ ਆਪਾਂ ਘਰ ਬੈਠੇ ਰਸੂੰ, ਹਰ ਵਾਰੀ ਆਪਾਂ ਆਪਣੀ ਇੱਜ਼ਤ ਮਿੱਟੀ 'ਚ ਮਲੇਸੂੰ, ਇਹ ਗੱਲ ਨਾ ਕਰੋ। ਇਕੱਠੇ ਠੀਕ ਬਣੋ, ਸਭ ਬੜੀ ਹਿੱਕ ਝੰਡੇ ਹੇਠਾਂ ਇਕੱਠੇ ਠੀਕ ਹੈ, ਆਪਣਾ ਇੰਨਾ ਏਕਾ ਕਰੋ। ਅੱਜ ਤੱਕ ਜੇ 500 ਬੰਦਾ ਹੈ ਤਾਂ ਤੁਸੀਂ ਅਗਲੇ ਮਹੀਨੇ ਇਹੋ ਜਿਹੀ ਮੀਟਿੰਗ ਕਰੋ ਜਿਵੇਂ ਪਾਤੜਾਂ ਸਮਾਣਾ ਨਾਭਾ ਪਟਿਆਲਾ ਸ਼ਹਿਰ ਸਾਰੇ ਇਕੱਠੇ ਹੋ ਕੇ ਵੱਡਾ ਰੋਡ ਪੈ ਜਿੱਥੇ ਲੱਖਾਂ ਦੀ ਤਾਦਾਦ ਵਿੱਚ ਬਹਾਦਪੁਰੀ ਪਹੁੰਚਣ, ਉਹਨਾਂ ਨੂੰ ਪਤਾ ਲੱਗੇ ਕਿ ਹੁਣ ਬਹਾਦਪੁਰੀ ਪਹਿਲੇ ਵਾਲੇ ਬਹਾਦਪੁਰੀ ਨਹੀਂ ਰਹੇ, ਕਿ ਅਸੀਂ ਹਰ ਵਾਰ ਤੁਹਾਡਾ ਗਾਣਾ ਮੰਨਦੇ ਰਹੀਏ। ਸਾਡੀ ਵੀ ਕੋਈ ਇੱਜ਼ਤ ਹੈ, ਅਸੀਂ ਆਪਣੇ ਪੈਰਾਂ 'ਤੇ ਖੜੇ ਹੋਣ ਵਾਸਤੇ ਤਿਆਰ ਹੈ। ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ 9 ਫਰਵਰੀ ਹੈ ਅਤੇ ਅੱਜ ਜਿਹੜਾ ਹੈਗਾ ਇੱਕ ਬੜਾ ਬਹਾਦਪੁਰ ਸਮਾਜ ਦੇ ਵਾਸਤੇ ਬੜਾ ਇਤਿਹਾਸਿਕ ਦਿਨ ਹੈ। ਅਸੀਂ ਖੜ੍ਹੇ ਹਾਂ ਰਾਜਪੁਰਾ ਦੇ ਜਿਹੜੇ ਜਗਦੀਸ਼ ਕੁਮਾਰ ਜੱਗਾ ਜੀ ਦੇ ਨਿਵਾਸ ਸਥਾਨ 'ਤੇ, ਜਿੱਥੇ ਕਿ 9 ਫਰਵਰੀ ਦਾ ਜਿਹੜਾ ਪ੍ਰੋਗਰਾਮ ਸੀਗਾ, ਜਿਹੜਾ ਬਹਾਦਪੁਰ ਸਮਾਜ ਨੂੰ ਬੜਾ ਬੇਸਬਰੀ ਦੇ ਨਾਲ ਇੰਤਜ਼ਾਰ ਸੀਗਾ, ਹੁਣ ਜਿਹੜਾ ਹੈ ਉਹ ਥੋੜ੍ਹੀ ਹੀ ਦੇਰ ਦੇ ਵਿੱਚ ਜਿਹੜਾ ਹੈ ਸ਼ੁਰੂ ਹੋਣ ਵਾਲਾ ਹੈ। ਅਤੇ ਮੈਂ ਦਿਖਾਵਾਂਗਾ ਕਿ ਪੰਜਾਬ ਪ੍ਰਭਾਰੀ ਜਗਦੀਸ਼ ਕੁਮਾਰ ਜੱਗਾ ਜੀ ਦੇ ਘਰ ਅੱਜ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਰੱਖਿਆ ਗਿਆ, ਅਤੇ ਮੈਂ ਤੁਹਾਨੂੰ ਅੱਜ ਪੂਰੀ ਜਾਣਕਾਰੀ ਜਿਹੜੀ ਹੈਗੀ ਨਿਊਜ਼ 89 ਅਤੇ ਬਹਾਦਪੁਰੀ ਹਲਚਲ 'ਤੇ ਅਸੀਂ ਜਿਹੜਾ ਹੈ ਸਾਂਝੇ ਤੌਰ 'ਤੇ ਦੇ ਰਹੇ ਹਾਂ। ਇਹ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ, ਇਹ ਜਗਦੀਸ਼ ਕੁਮਾਰ ਜੱਗਾ ਜੀ ਦਾ ਜਿਹੜਾ ਹੈ ਨਿਵਾਸ ਸਥਾਨ ਹੈ। ਇਹ ਜਿਹੜੇ ਲੋਕ ਪੂਰੇ ਪੰਜਾਬ ਹਰੇਕ ਜਗ੍ਹਾ ਜਿੱਥੇ ਬਹਾਦਪੁਰੀ ਸਮਾਜ ਜਿਹੜਾ ਹੈ ਰਹਿੰਦੇ ਆ, ਜਿੱਥੇ ਬਹਾਦਪੁਰੀ ਸਮਾਜ ਜਿਹੜਾ ਇਕੱਠ ਅੱਜ ਜਿਹੜਾ ਹੈ ਜਗਦੀਸ਼ ਕੁਮਾਰ ਜੱਗਾ ਜੀ ਦੇ ਘਰ ਕੀਤਾ ਗਿਆ। ਅਤੇ ਤੁਸੀਂ ਦੇਖ ਪਾ ਰਹੇ ਹੋ ਕਿ ਦੂਰ ਦੂਰ ਤੋਂ ਜਿਹੜੇ ਹੈ ਆਪਣੇ ਬਹਾਦਪੁਰੀ ਸਮਾਜ ਦੇ ਜਿਹੜੇ ਹੈ ਲੋਕ ਜਿਹੜੇ ਬਹਾਦਪੁਰੀ ਸਮਾਜ ਨੂੰ ਰੀਪ੍ਰਜੈਂਟ ਕਰਦੇ ਆ ਉਹ ਸਾਰੇ ਅੱਜ ਇਕੱਠੇ ਹੋ ਰਹੇ। ਉਹਨਾਂ ਦਾ ਦੇਖੋ, ਇਹ ਮੈਂ ਕੈਮਰਾ ਪਰਸਨ ਨੂੰ ਕਹਾਂਗਾ ਦਿਖਾਉਣਗੇ, ਇਹ ਉਹਨਾਂ ਦਾ ਬੜੇ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਹੈ ਅੱਜ ਉਰੇ ਸਵਾਗਤ ਵੀ ਕੀਤਾ ਜਾ ਰਿਹਾ, ਕਿਉਂਕਿ ਅੱਜ ਕਿਤੇ ਨਾ ਕਿਤੇ ਬਹਾਦਪੁਰੀ ਸਮਾਜ ਵਾਸਤੇ ਇੱਕ ਬਹੁਤ ਵੱਡਾ ਦਿਨ ਹੈ, ਬਹੁਤ ਵੱਡਾ ਦਿਨ ਹੈ ਅੱਜ ਬਹਾਦਪੁਰੀ ਸਮਾਜ ਵਾਸਤੇ। ਅੱਜ ਬਹਾਦਪੁਰੀ ਸਮਾਜ ਜਿਹੜਾ ਹੈ ਇੱਕ ਮੰਚ 'ਤੇ ਜਿਹੜਾ ਇਕੱਠਾ ਹੋਣ ਜਾ ਰਿਹਾ, ਅਤੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈ ਬਹਾਦਪੁਰੀ ਸਮਾਜ ਨੂੰ ਇਕੱਠਾ ਕਰਨ ਵਾਸਤੇ ਭਾਰਤੀ ਬਹਾਦਪੁਰ ਮਹਾਂਸੰਘ ਦੇ ਪੰਜਾਬ ਦੇ ਜਿਹੜੇ ਪ੍ਰਭਾਰੀ ਹੈ ਜਗਦੀਸ਼ ਕੁਮਾਰ ਜੱਗਾ ਜੀ ਵੱਲੋਂ ਇਹ ਬਹੁਤ ਵੱਡੀ ਪਹਿਲ ਕੀਤੀ ਗਈ ਹੈ। ਇਹ ਮੇਰੇ ਨਾਲ ਤੁਸੀਂ ਦੇਖੋਗੇ ਜਗਦੀਸ਼ ਕੁਮਾਰ ਜੱਗਾ ਜੀ ਖੜ੍ਹੇ ਹੈ, ਉਰੇ ਜਿਹੜੇ ਪੰਜਾਬ ਤੋਂ ਹਰੇਕ ਸਥਾਨ ਤੋਂ ਬਠਿੰਡਾ ਪਟਿਆਲਾ ਨਾਭਾ ਹਰੇਕ ਸਮਾਣਾ ਹਰੇਕ ਜਗ੍ਹਾ ਤੋਂ ਜਿਹੜਾ ਲਾਲੜੂ ਡੇਰਾ ਬਸੀ ਜਿੱਥੇ ਜਿੱਥੇ ਸਾਡੇ ਬਹਾਦਪੁਰੀ ਜਿੱਥੇ ਜਿੱਥੇ ਵੀ ਸਾਡੇ ਬਹਾਦਪੁਰੀ ਬੈਠੇ ਹੈ
ਉੱਥੇ ਸਾਰੇ ਅੱਜ ਇੱਕ ਮੰਚ 'ਤੇ ਇਕੱਠਾ ਹੋਣ ਵਾਸਤੇ, ਇੱਕ ਮੁੱਠ ਹੋਣ ਵਾਸਤੇ, ਜਿਹੜੇ ਕਿ ਉੱਪਰ ਤੱਕ ਜਿਹੜੀ ਸਰਕਾਰਾਂ ਤੱਕ ਗੱਲ ਜਾਵੇ ਕਿ ਸਾਡਾ ਬਹੁਲਪੁਰੀ ਸਮਾਜ ਇੱਕ ਹੈ ਅਤੇ ਸਾਡਾ ਜਿਹੜਾ ਸਮਾਜ ਨੂੰ ਇੱਕ ਕਰਨ ਵਾਸਤੇ ਜਗਦੀਸ਼ ਕੁਮਾਰ ਜੱਗਾ ਜੀ ਜਿਹੜੀ ਪਹਿਲ ਹੈ, ਇਹ ਸੁਨਾਮ ਤੋਂ ਵੀ ਜਿਹੜੇ ਦੇਖੋ ਆਏ ਹੈ, ਮੈਂ ਆਪਾਂ ਗੱਲ ਕਰਾਂਗੇ ਸਮਾਣਾ ਤੋਂ ਵੀ ਆਏ ਹਾਂ, ਆਪਾਂ ਜਿਹੜਾ ਗੱਲ ਕਰਾਂਗੇ ਜਗਦੀਸ਼ ਕੁਮਾਰ ਜੱਗਾ ਜੀ ਨਾਲ। ਜੱਗਾ ਜੀ, ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ, ਇੰਨਾ ਇਕੱਠ ਕੀ ਕਹਿਣਾ ਚਾਹੋਗੇ ਅੱਜ? ਅੱਜ ਬਹੁਤ ਵੱਡੀ ਖੁਸ਼ੀ ਦਾ ਦਿਨ ਹੈ ਸਾਡੇ ਵਾਸਤੇ, ਬਹੁਲਪੁਰੀਆਂ ਵਾਸਤੇ ਇਤਿਹਾਸਿਕ ਦਿਨ ਹੈ ਅੱਜ ਦਾ ਦਿਨ, ਮੈਂ ਤਾਂ ਇਹ ਕਹਿਣਾ ਚਾਹੂੰਗਾ, ਕਿਉਂਕਿ ਸਾਨੂੰ ਜਿੰਨੀ ਉਮੀਦ ਸੀ ਉਸ ਤੋਂ ਸੌ ਗੁਣਾ ਰਿਸਪੋਂਸ ਮਿਲ ਰਿਹਾ, ਅਤੇ ਪਲੱਸ ਸਾਡੀ ਬਰਾਦਰੀ 'ਚ ਇੰਨਾ ਵੱਡਾ ਉਤਸ਼ਾਹ ਹੈ ਅੱਜ। ਸਿਰਫ ਕਾਰਜਕਾਰਨੀ ਦੀ ਬੈਠਕ ਹੈ, ਸਿਰਫ ਇਹ ਜਿੰਨੇ ਵੀ ਬੰਦੇ ਆਏ ਹੋਏ ਨੇ ਇੱਥੇ, ਹਰੇਕ ਬੰਦੇ ਪਿੱਛੇ ਮੈਂ ਇੰਨੀ ਗੱਲ ਕਹਿ ਸਕਦਾ, ਘੱਟੋ ਘੱਟ 500 ਬੰਦਾ ਹਰੇਕ ਬੰਦੇ ਦੇ ਪਿੱਛੇ, ਜੋ ਅੱਜ ਸਾਰੇ ਐਸੋਸੀਏਸ਼ਨਾਂ ਦੇ ਪ੍ਰਧਾਨ, ਮੁਖੀ ਸਾਹਿਬਾਨ, ਮੰਦਰਾਂ ਦੇ ਪ੍ਰਧਾਨ, ਸਮਾਣਾ ਤੋਂ, ਸੁਨਾਮ ਤੋਂ, ਆਪਣਾ ਪਟਿਆਲਾ ਤੋਂ, ਲਾਲੜੂ ਤੋਂ, ਡੇਰਾ ਬਸੀ ਤੋਂ, ਬਸੀ ਤੋਂ, ਅਬੋਹਰ ਤੋਂ ਬੰਦੇ ਚੱਲੇ ਹੋਏ ਆ, ਬਠਿੰਡੇ ਤੋਂ ਬੰਦੇ ਚੱਲੇ ਹੋਏ ਆ, ਮਤਲਬ ਕਹਿਣ ਦਾ ਭਾਵ ਇਹ ਹੈ ਵੀ ਅੱਜ ਸਾਡੀ ਬਰਾਦਰੀ ਵਿੱਚ ਅੱਜ ਇਤਿਹਾਸਿਕ ਦਿਨ ਹੈ, ਇੰਨਾ ਵੱਡਾ ਉਤਸ਼ਾਹ ਹੈ, ਤੁਸੀਂ ਦੇਖ ਹੀ ਰਹੇ ਹੋ। ਅਸੀਂ 100 ਬੰਦਿਆਂ ਦਾ, 100-125 ਬੰਦਿਆਂ ਦਾ ਅਸੀਂ ਕਿਹਾ ਸੀਗਾ, ਪਰ 300 ਤੋਂ ਬੰਦਾ ਹੁਣ ਉੱਤੇ ਹੋ ਗਿਆ ਅਜੇ ਤੱਕ, ਆਪਣੇ ਆਪ ਹੀ ਲੋਕ ਮਤਲਬ ਕਹਿਣ ਦਾ ਭਾਵ ਹੈ, ਮੈਨੂੰ ਅਪਰੋਚਾਂ ਆਈਆਂ ਵੀ ਅਸੀਂ ਵੀ ਬਹੁਲਪੁਰ ਬਰਾਦਰੀ ਦੀ ਸੇਵਾ ਕਰਨਾ ਚਾਹੁੰਦੇ ਹਾਂ। ਬਾਕੀ ਤੁਹਾਨੂੰ ਅੱਗੇ ਦੱਸਾਂਗੇ ਸਾਡਾ ਏਜੰਡਾ ਕੀ ਹੈ। ਬਹੁਤ ਇਤਿਹਾਸਿਕ ਦਿਨ ਹੈ, ਬਹੁਤ ਅੱਜ ਖੁਸ਼ੀ ਦਾ ਦਿਨ ਹੈ ਸਾਡੇ ਵਾਸਤੇ। ਸਾਡੇ ਜੱਗਾ ਜੀ, ਇਸ ਚੀਜ਼ ਦਾ ਜਿਹੜਾ ਇਹ ਤੁਸੀਂ ਅੱਜ ਇਕੱਠ ਕਰ ਰਹੇ ਹੋ, ਇਹਦਾ ਕੀ ਮੈਸੇਜ ਜਿਹੜਾ ਹੈਗਾ ਉੱਪਰ ਸਰਕਾਰਾਂ ਤੱਕ ਜਾਏ? ਸਾਡਾ ਸਿਰਫ ਇੱਕ ਮੈਸੇਜ ਹੈ ਜੀ, ਅਸੀਂ ਇੱਕਜੁੱਟ ਹੋਣਾ ਜਿੱਥੇ ਜਿੱਥੇ ਸਾਡੇ ਬਰਾਦਰੀ ਦੇ ਲੋਕ ਬੈਠੇ ਆ। ਪਹਿਲਾਂ ਤਾਂ ਅਸੀਂ ਪੰਜਾਬ ਦੇ ਕਰ ਰਹੇ ਹਾਂ, ਇਹ ਪੰਜਾਬ ਦੀ ਕਾਰਜ ਕਰਨੀ ਹੈ, ਅਤੇ ਮੇਨ ਮੈਸੇਜ ਇਹ ਹੈ ਵੀ ਅਸੀਂ ਆਪਣੀ ਬਰਾਦਰੀ ਨੂੰ ਇਕੱਠਾ ਕਰਕੇ ਕਿਸੇ ਬਰਾਦਰੀ ਦੇ ਬੰਦੇ ਨਾਲ ਧੱਕਾ ਨਹੀਂ ਹੋਣ ਦੇਣਾ, 100 ਗੱਲਾਂ ਦੀ ਗੱਲ ਹੈ, ਅਤੇ ਜੇ ਜੋ ਸਾਡਾ ਹੱਕ ਬਣਦਾ ਬਰਾਦਰੀ ਦਾ, ਉਹ ਅਸੀਂ ਸਰਕਾਰ ਕੋਲ ਲੈਣਾ ਚਾਹੁੰਦੇ ਹਾਂ, ਅਤੇ ਇਹ ਇਸ ਕਰਕੇ ਅੱਜ ਇਕੱਠ ਦਾ ਉਹ ਹੈ। ਅਤੇ ਇਹ ਸੀਗੇ ਜਗਦੀਸ਼ ਕੁਮਾਰ ਜੱਗਾ ਜੀ, ਅਤੇ ਮੈਂ ਤੁਹਾਨੂੰ ਦਿਖਾਵਾਂਗਾ ਮੇਰੇ ਹੱਥੀ 'ਚ ਜਿਹੜਾ ਹੈਗਾ ਇਹਨਾਂ ਦੇ ਏਜੰਡੇ ਹੈਗੇ, ਜਿਹੜੇ ਕੁਛ ਦੇਰ ਦੇ ਬਾਅਦ ਜਿਹੜਾ ਹੈ ਇਹ ਸਟੇਜ ਤੋਂ ਜਿਹੜਾ ਦੱਸਣਗੇ। ਸਾਡੇ ਨਾਲ ਜਿਹੜੇ ਹੋਰ ਵੀ ਲੋਕ ਮੌਜੂਦ ਹੈ, ਬੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ। ਸਾਡੇ ਨਾਲ ਜਿਹੜਾ ਹੈ ਰਾਕੇਸ਼ ਮਹਿਤਾ ਜੀ ਵੀ ਮੌਜੂਦ ਹੈ, ਜਿਹੜਾ ਕਿ ਲੀਗਲ ਐਡਵਾਈਜ਼ਰ ਪੰਜਾਬ ਇਹਨਾਂ ਨੂੰ ਬਣਾਇਆ ਗਿਆ। ਮਹਿਤਾ ਜੀ, ਕੀ ਕਹਿਣਾ ਚਾਹੋਗੇ? ਅੱਜ ਬੜੀ ਖੁਸ਼ੀ ਦੀ ਗੱਲ ਹੈ, ਇਹੋ ਜਿਹਾ ਮਾਹੌਲ ਦਿਖ ਰਿਹਾ, ਸਾਰੇ ਬਹੁਲਪੁਰੀਆਂ ਨੂੰ ਲੱਗ ਰਿਹਾ ਕਿ ਅਸੀਂ ਇੱਕ ਵਾਰੀ ਫਿਰ ਇਕੱਠੇ ਹੋ ਰਹੇ ਹਾਂ, ਕਿਉਂਕਿ ਸਾਰਿਆਂ ਨੂੰ ਪਤਾ ਹੈ ਵੀ ਜੱਗਾ ਜੀ ਦੀ ਰਹਿਮਨਾਈ ਦੇ ਵਿੱਚ ਸਾਡੀ ਬਹੁਲਪੁਰੀ ਬਿਰਾਦਰੀ ਅੱਗੇ, ਬਹੁਲਪੁਰੀ ਬਿਰਾਦਰੀ ਦੇ ਲੋਕਾਂ ਵਾਸਤੇ ਬਹੁਤ ਵਧੀਆ ਕੰਮ ਕਰਨਗੇ। ਅਸੀਂ ਵੀ ਇਹ ਪ੍ਰਣ ਕਰ ਲਿਆ ਕਿ ਜੋ ਵੀ ਜੱਗਾ ਜੀ ਸਾਨੂੰ ਡਿਊਟੀ ਲਾਉਣਗੇ, ਜਿੱਥੇ ਵੀ ਖੜਾ ਕਰਨਗੇ, ਉਹਨਾਂ ਦੇ ਨਾਲ ਚੱਲਾਂਗੇ, ਦਿਨ ਰਾਤ ਇੱਕ ਕਰ ਦਾਂਗੇ, ਆਪਣੀ ਬਿਰਾਦਰੀ ਨੂੰ ਹੋਰ ਉੱਚਾ ਲੈ ਜਾਵਾਂਗੇ। ਮਹਿਤਾ ਜੀ, ਕੀ ਕਹਿਣਾ ਚਾਹੋਗੇ? ਅੱਜ ਬੜਾ ਇਤਿਹਾਸਿਕ ਦਿਨ ਹੈ ਅਤੇ ਬੜੇ ਵੱਡੇ ਵੱਡੇ ਫੈਸਲੇ ਜਿਹੜੇ ਹੈ ਸਾਡੇ ਸਮਾਜ ਵਾਸਤੇ ਲਏ ਜਾਣੇ ਹੈ, ਕੀ ਕਹਿਣਾ ਚਾਹੋਗੇ? ਬੜੀ ਖੁਸ਼ੀ ਕੀ ਬਾਤ ਹੈ, ਜੋ ਅੱਜ ਕਾ ਦਿਨ ਵਾਸਤਵ ਮੈਂ ਇਤਿਹਾਸਿਕ ਹੈ। ਹਿੰਦੁਸਤਾਨ ਕੇ ਕੋਨੇ ਕੋਨੇ ਮੇਂ ਹਮਾਰੀ ਬਰਾਦਰੀ, ਰਾਜਸਥਾਨ ਚਲੇ ਜਾਓ, ਝਾਰਖੰਡ ਚਲੇ ਜਾਓ, ਬਿਹਾਰ ਚਲੇ ਜਾਓ, ਮਹਾਰਾਸ਼ਟਰ ਚਲੇ ਜਾਓ, ਪੰਜਾਬ ਤੋਂ ਹੈ ਹੀ, ਜੰਮੂ ਕਸ਼ਮੀਰ ਮੇਂ ਹਰ ਜਗ੍ਹਾ ਹਮਾਰੇ ਲੋਕ ਬੈਠੇ ਹੋਏ ਹੈ। ਔਰ ਸਭਸੇ ਬੜੀ ਬਾਤ ਹੈ ਕਿ ਯੁਵਾ ਜੋਸ਼, ਆਜ ਯੁਵਾ ਜੋਸ਼ ਔਰ ਹਮਾਰੇ ਬਜ਼ੁਰਗੋਂ ਕਾ ਆਸ਼ੀਰਵਾਦ, ਜੋ ਬਜ਼ੁਰਗੋਂ ਕਾ ਜੋ ਇੱਕ ਅਨੁਭਵ ਹੈ, ਉਸਕਾ ਇੱਕ ਅਨੂਠਾ ਸੰਗਮ ਯਹਾਂ ਪਰ ਨਜ਼ਰ ਆ ਰਹਾ ਹੈ। ਦੂਰ ਦੂਰ ਸੇ ਯਹਾਂ ਪਰ ਲੋਕ ਆਏ ਹੋਏ ਹੈ, ਅਬੋਹਰ ਸੇ ਆਏ ਹੋਏ ਹੈ, ਬਠਿੰਡਾ ਸੇ, ਸਮਾਣਾ ਸੇ, ਪਾਤਨਾ ਸੇ, ਤੋ ਮੈਂ ਤਾਂ ਇਹ ਕਹਿਣਾ ਚਾਹੂੰਗਾ ਕਿ ਅੱਜ ਜੱਗਾ ਜੀ ਕੀ ਰਹਿਨੁਮਾਈ ਮੈਂ ਇਹ ਬਹੁਤ ਬੜਾ ਕਿ ਇਕੱਠ ਹੋਣੇ ਜਾ ਰਹਾ ਹੈ, ਔਰ ਇੱਕ ਬਹੁਲਪੁਰੀ ਸਮਾਜ, ਬਹੁਲਪੁਰੀ ਬਰਾਦਰੀ ਕੇ ਲਈ ਇੱਕ ਬਹੁਤ ਇੱਕ ਸੁਨਹਿਰਾ ਅਵਸਰ ਹੈ ਇੱਕ ਹੋਣੇ ਕਾ, ਸਾਰੇ ਲੋਕ ਇਕੱਠੇ ਹੋ ਰਹੇ ਬੜੇ ਜੋਸ਼ ਕੇ ਸਾਥ, ਤੋ ਮੈਂ ਇਹੀ ਕਹਿਣਾ ਚਾਹੂੰਗਾ, ਯੁਵਾ ਜੋਸ਼ ਔਰ ਬਜ਼ੁਰਗੋਂ ਕਾ ਆਸ਼ੀਰਵਾਦ, ਦੋਨੋਂ ਕਾ ਅਗਰ ਸੰਗਮ ਹੋ ਜਾਤਾ ਹੈ ਤੋ ਐਸੀ ਕੋਈ ਵੀ ਮੰਜ਼ਿਲ ਨਹੀਂ ਹੈ ਜੋ ਦੂਰ। ਮੈਂ ਦੇਖ ਰਿਹਾ ਕਿ ਕੈਮਰਾਮੈਨ ਪਰਸਨ ਦਿਖਾਉਣਗੇ ਕਿ ਨਾਭਾ ਤੋਂ ਵੀ ਜਿਹੜੇ ਹੈ ਬਹੁਲਪੁਰੀ ਸਮਾਜ ਦੇ ਬੜੇ ਵੱਡੇ ਵੱਡੇ ਜਿਹੜੇ ਹੈਗੇ ਲੋਕ ਉਰੇ ਮੌਜੂਦ ਹੈ, ਸਮਾਣਾ ਤੋਂ ਮੌਜੂਦ ਹੈ, ਆਪਾਂ ਕੋਸ਼ਿਸ਼ ਕਰਾਂਗੇ ਗੱਲ ਕਰਨ ਦੀ। ਤੁਸੀਂ ਆਏ ਹੋ ਸਰ ਨਾਭਾ ਤੋਂ? ਸਮਾਣਾ ਤੋਂ ਆਏ ਹਾਂ ਸਰ, ਤੁਸੀਂ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਬੜਾ ਇਤਿਹਾਸਿਕ ਦਿਨ ਹੈ, ਬਹੁਤ ਵੱਡੇ ਵੱਡੇ ਫੈਸਲੇ ਲਏ ਜਾਣੇ? ਅੱਜ ਆਪਣੀ ਬਹੁਲਪੁਰ ਮਾਂ ਸੰਘ ਦੀ ਮੀਟਿੰਗ ਹੈ ਪੰਜਾਬ ਲੈਵਲ 'ਤੇ, ਬਾਕੀ ਸਾਡੇ ਪ੍ਰਧਾਨ ਜੀ ਨਿਯੁਕਤ ਕੀਤੇ ਨੇ ਜਗਦੀਸ਼ ਕੁਮਾਰ ਜੀ, ਜੱਗਾ ਜੀ, ਬਾਕੀ ਜੋ ਵੀ ਹੈ ਤੁਹਾਨੂੰ 10 ਮਿੰਟ ਬਾਅਦ ਪਤਾ ਲੱਗ ਜਾ ਅਸੀਂ ਕੀ ਅਨਾਊਂਸ ਕਰਨ ਵਾਲੇ। ਜੱਗਾ ਜੀ ਦੇ ਆਉਣ ਦੇ ਨਾਲ ਸੰਸਥਾ ਦੇ ਕਿਸ ਤਰ੍ਹਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ, ਕੀ ਤੁਸੀਂ ਆਸ਼ਾ ਕਰਦੇ ਹੋ? ਬਹੁਤ ਲੋਕਾਂ ਨੂੰ ਖੁਸ਼ੀ ਹੈ, ਬਹੁਤ ਖੁਸ਼ੀ ਹੈ ਰਾਜਾ ਸਾਹਿਬ, ਇਹ ਸਾਡੇ ਲੀਡਰ ਨੇ, ਆਓ ਦਿਓ ਗਿਰਿਆ ਉਹਨੂੰ, ਆਓ ਜੀ ਸਤਿਕਾਰਯੋਗ ਆ ਜਾ ਸਾਹਿਬ, ਇਹ ਵੀ ਸਾਡੇ ਨਮਸਕਾਰ ਜੀ ਸੀਨੀਅਰ ਵਾਈਸ ਪ੍ਰਧਾਨ ਨੇ ਸਾਡੀ ਬੋਡੀ ਦੇ ਆਲ ਇੰਡੀਆ ਲੈਵਲ ਦੇ, ਅਤੇ ਬਾਕੀ ਹੁਣ ਪ੍ਰਧਾਨ ਜੀ ਦੇਖਦੇ ਹਾਂ ਕਿੱਦਾਂ ਦੀ ਬੋਡੀ ਕਿਵੇਂ ਅਨਾਊਂਸ ਕਰਦੇ ਨੇ। ਇਹ ਸ਼੍ਰੀ ਰਜਿੰਦਰ ਰਾਜਾ ਜੀ ਵੀ ਜਿਹੜੇ ਹੈ ਉਰੇ ਪਹੁੰਚ ਚੁੱਕੇ ਹੈ, ਇਹਨਾਂ ਦੀ ਤਬੀਅਤ ਠੀਕ ਨਹੀਂ ਸੀ ਲੇਕਿਨ ਫਿਰ ਵੀ ਰਿਕੁਐਸਟ ਕੀਤੀ ਗਈ ਸੀਗੀ, ਇਹਨਾਂ ਦੇ ਬਗੈਰ ਜਿਹੜਾ ਹੈ ਪ੍ਰੋਗਰਾਮ ਛੋਟਾ ਪੈ ਜਾਣਾ ਸੀਗਾ, ਕੀ ਕਹਿਣਾ ਚਾਹੋਗੇ ਰਾਜਾ ਜੀ ਤੁਸੀਂ? ਜਿੱਥੇ ਬਰਾਦਰੀ ਦਾ ਪਿਆਰ ਮਿਲੇ, ਭਾਈਚਾਰਾ
ਸਿਰ 'ਤੇ ਚੁੱਕਣ ਨੂੰ ਤਿਆਰ ਖੜਾ ਹੋਵੇ ਉੱਥੇ ਤਕਲੀਫਾਂ ਤਕਲੀਫਾਂ ਕੁਛ ਨਹੀਂ ਮਾਇਨੇ ਰੱਖਦੀਆਂ। ਬਰਾਦਰੀ ਵਾਸਤੇ ਜਾਨ ਹਾਜ਼ਰ ਹੈ, ਪਹਿਲਾਂ ਵੀ ਹਾਜ਼ਰ ਸੀ, ਹੁਣ ਵੀ ਹਾਜ਼ਰ ਹੈ, ਵੱਧ ਚੜ੍ਹ ਕੇ ਪਾਰਟੀ ਦੇ ਉਥਾਨ ਲਈ, ਤਰੱਕੀ ਲਈ, ਪਾਰਟੀ ਦੀ ਤਾਕਤ ਵਧਾਉਣ ਲਈ। ਜੋ ਜਮਾਤ ਹੈ ਸਾਡੀ ਬਹੁਲਪੁਰ ਬਰਾਦਰੀ ਦੀ, ਪਾਰਟੀ ਦਾ ਮਤਲਬ ਨਾ ਕਿ ਰਾਜਨੀਤਿਕ ਪਾਰਟੀ ਹੈ, ਜਿਹੜਾ ਇਹ ਆਪਣਾ ਭਾਈਚਾਰੇ ਦੀ ਇੱਕ ਗਰੁੱਪਬਾਜ਼ੀ ਖਤਮ ਕਰਕੇ ਅਸੀਂ ਇਕਜੁੱਟ ਹੋ ਕੇ ਆਪਣੀ ਬਰਾਦਰੀ ਦੀ ਬੈਟਰਮੈਂਟ ਅਪਲਿਫਟ ਵਾਸਤੇ ਜੋ ਕੰਮ ਕਰ ਰਹੇ ਹਾਂ ਉਹਦੇ ਵਾਸਤੇ ਵੱਧ ਤੋਂ ਵੱਧ ਅਸੀਂ ਸਾਰੇ ਕੁਲੈਕਟਿਵਲੀ ਯੋਗਦਾਨ ਦੇਣ ਵਾਸਤੇ ਤਿਆਰ ਖੜ੍ਹੇ ਹਾਂ ਔਰ ਬਰਾਦਰੀ ਨੂੰ ਇੱਕ ਵਾਰੀ ਫਿਰ ਬੁਲੰਦੀਆਂ 'ਤੇ ਲੈ ਕੇ ਜਾਵਾਂਗੇ। ਇਹ ਸਾਡਾ ਪੁਰਾਣਾ ਹੈ ਰਾਜਾ ਜੀ। ਜਿਹੜਾ ਇਹ ਅੱਜ ਬਹੁਲਪੁਰੀ ਸਮਾਜ ਜਿਹੜਾ ਇਕੱਠਾ ਹੋ ਰਿਹਾ, ਹੁਣ ਜਿਹੜੇ ਬਹੁਲਪੁਰੀ ਸਮਾਜ ਦੇ ਜਿਹੜੇ ਛੋਟੇ ਦਬਕੇ ਦੇ ਲੋਕ ਹੈ ਉਹ ਹੁਣ ਆਪਣੇ ਆਪ ਨੂੰ ਸੇਫ ਸਮਝਣ ਆਉਣ ਵਾਲੇ ਸਮੇਂ 'ਚ? ਬਿਲਕੁਲ ਸੇਫ ਸਮਝਣ। ਅਸੀਂ ਬਿਨਾਂ ਕਿਸੇ ਦਬਾਓ ਔਰ ਪ੍ਰੈਸ਼ਰ ਦੇ ਬਰਾਦਰੀ ਲਈ ਹਰ ਟਾਈਮ, ਜਿਵੇਂ ਕਿ ਪਹਿਲਾਂ ਵੀ ਇੱਕ ਦੋ ਜਗ੍ਹਾਵਾਂ 'ਤੇ ਜਗ੍ਹਾ ਜੀ ਨੇ ਜੋ ਕੋਈ ਪੰਜਾਬ ਦੇ ਪ੍ਰਭਾਰੀ ਬਣਾਏ ਗਏ ਨੇ, ਇਹਨਾਂ ਨੇ ਖੁੱਲ੍ਹੇ ਦਿਲ ਨਾਲ ਕਿਹਾ ਕਿ ਕਿਸੇ ਨੂੰ ਵੀ ਕਿਸੇ ਟਾਈਮ ਵੀ ਕੋਈ ਤਕਲੀਫ ਹੋਵੇ, ਖਾਸ ਕਰਕੇ ਲੋਕਲ ਅਪਰੋਚ ਜਿਹੜੀ ਹੈ ਉਹ ਈਜ਼ੀ ਹੈ, ਤਾਂ ਕਿਸੇ ਟਾਈਮ ਰਾਤ ਨੂੰ ਵੀ ਜਦ ਜੇ ਕਾਲ ਪੈ ਗਈ ਤਾਂ ਸਾਡੇ 'ਚੋਂ ਬੰਦੇ ਕੋਈ ਨਾ ਕੋਈ ਜ਼ਰੂਰ ਹਾਜ਼ਰ ਹੋਣਗੇ ਉੱਥੇ। ਜਿਹੜੇ ਬਾਹਰ ਦੂਰ ਦਰਾਜ ਦੇ ਨੇ ਉੱਥੇ ਪਹੁੰਚਣ ਆਉਣ ਜਾਣ 'ਚ ਜਿਹੜਾ ਸਮਾਂ ਲੱਗੇਗਾ, ਬਾਕੀ ਅਸੀਂ ਹਰ ਥਾਂ 'ਤੇ ਪਹੁੰਚਣ ਦੀ ਕੋਸ਼ਿਸ਼ ਕਰਾਂਗੇ। ਇਹ ਸੀਗੇ ਰਜਿੰਦਰ ਰਾਜਾ ਜੀ। ਹੁਣ ਇਹਨਾਂ ਨੇ ਜਿਹੜਾ ਪ੍ਰੋਗਰਾਮ ਜਿਹੜਾ ਹੈ ਸ਼ੁਰੂ ਹੋਣ ਵਾਲਾ, ਇਹਨਾਂ ਨੇ ਕਿਹਾ ਕਿ ਕਿਸੇ ਵੀ ਬਹੁਲਪੁਰੀ ਸਮਾਜ ਦੇ ਛੋਟੇ ਤਬਕੇ ਦੇ ਲੋਕ, ਚਾਹੇ ਵੱਡੇ ਚਾਹੇ ਛੋਟੇ, ਉਹਨਾਂ ਨੂੰ ਡਰਨ ਦੀ ਲੋੜ ਨਹੀਂ ਹੈ। ਹੁਣ ਬਹੁਲਪੁਰੀ ਸਮਾਜ ਜਿਹੜਾ ਇੱਕ ਮੰਚ 'ਤੇ ਇਕੱਠਾ ਹੋ ਗਿਆ, ਮੈਂ ਕੈਮਰਾ ਪਰਸਨ ਨੂੰ ਕਹਾਂਗਾ ਇਹ ਦਿਖਾਉਣਗੇ, ਪਿੱਛੇ ਮੰਚ ਲੱਗ ਚੁੱਕਿਆ ਵੀ ਥੋੜ੍ਹੀ ਦੇਰ 'ਚ ਹੀ 5 ਮਿੰਟ 'ਚ ਇਹ ਜਿਹੜਾ ਹੈਗਾ ਪ੍ਰੋਗਰਾਮ ਸ਼ੁਰੂ ਹੋਏਗਾ। ਇਹ ਜਿਹੜਾ ਤੁਸੀਂ ਅੱਜ News 89 'ਤੇ ਬਹੁਲਪੁਰੀ ਹਲਚਲ 'ਤੇ ਜਿਹੜਾ ਹੈ ਇਹ ਚੈਨਲ ਤੁਸੀਂ ਦੇਖ ਚੈਨਲ 'ਤੇ ਤੁਸੀਂ ਇਹ ਪ੍ਰੋਗਰਾਮ ਪੂਰਾ ਤੁਹਾਨੂੰ ਦਿਖਾਵਾਂਗੇ। ਇਹ ਮੇਰੇ ਪਿੱਛੇ ਮੈਂ ਦਿਖਾਵਾਂਗਾ, ਕੈਮਰਾਮੈਨ ਨੂੰ ਦਿਖਾਉਣਗੇ, ਬੜੀ ਵੱਡੀ ਮੰਚ ਲੱਗੀ ਹੈ, ਬੜਾ ਵੱਡਾ ਜਿਹੜਾ ਹੈ ਮੰਚ ਲੱਗਿਆ ਹੈਗਾ, ਇਹ ਬੜੀ ਵੱਡੀ ਸਟੇਜ ਲੱਗੀ ਹੈ, ਪੂਰਾ ਪੰਡਾਲ ਜਿਹੜਾ ਹੈ ਇਸ ਟਾਈਮ ਖੱਚਾ ਖੱਚ ਭਰ ਚੁੱਕਿਆ ਹੈ, ਅਤੇ ਅਸੀਂ ਤੁਹਾਨੂੰ ਜਿਹੜਾ ਹੈ ਪੂਰਾ ਪ੍ਰੋਗਰਾਮ ਜਿਹੜਾ ਹੈ ਬਹੁਲਪੁਰੀ ਹਲਚਲ 'ਤੇ News 89 'ਤੇ ਤੁਸੀਂ ਦੇਖ ਸਕਦੇ ਹੋ। ਸਾਡੇ ਮੋਹਣ ਸਤਕਾਰਯੋਗ ਜਿਹੜੇ ਕਿ ਮੇਰੇ ਪਿਤਾ ਸਨਮਾਨ ਜਿਹੜੇ ਕਿ ਡਾਕਟਰ ਮਦਨ ਲਾਲ ਅਸੀਦਾ ਜੀ ਨੇ, ਜਿਹੜਾ ਕਿ ਬਾਅਦ ਦੇ ਬਹੁਤ ਲਾ ਸਕਦੇ ਪ੍ਰਧਾਨ ਹਨ, ਤੇ ਉਹਨਾਂ ਦੀ ਤਬੀਅਤ ਖਰਾਬ ਹੋਣ ਕਰਕੇ ਜਿਹੜਾ ਕਿ ਰਜਿੰਦਰ ਰਾਜਾ ਜੀ ਉਹਨਾਂ ਨੇ ਭੇਜੇ ਵੀ ਤੁਸੀਂ ਮੀਟਿੰਗ ਤੁਸੀਂ ਅਟੈਂਡ ਕਰੋ, ਤਾਂ ਕਰਕੇ ਤੇ ਬਹੁਤ ਸਤਿਕਾਰਯੋਗ ਸਾਡੇ ਰਜਿੰਦਰ ਰਾਜਾ ਜੀ, ਸਾਡੇ ਮੋਹਣ ਦੇ ਨਾਲ ਬਹੁਤ ਹੀ ਸਤਿਕਾਰਯੋਗ ਸਮਾਣਾ ਤੋਂ ਗਿਆਨਚੰਦ ਕਟਾਰੀਆ ਜੀ, ਜਗਦੀਸ਼ ਪੁੱਟੀ ਰਾਜਾ ਜੀ, ਧਰਮਪਾਲ ਪਹੁੰਚਾ ਜੀ, ਤਨੇਜਾ ਜੀ, ਵਿਦਿਆ ਰਤਨ ਆਰੀਆ ਜੀ, ਰਕੇਸ਼ ਮਹਿਤਾ ਜੀ ਤੇ ਵਰਮਾ ਜੀ। ਮੈਂ ਨਾਮ ਮੰਨਣ ਲੱਗਿਆ ਤਾਂ ਬਹੁਤ ਕਹਿਣ ਲੱਗ ਪਿਆ, ਸਾਹਮਣੇ ਬੈਠੇ ਮੁਖੀ ਸਾਹਿਬਾਨ, ਪ੍ਰਧਾਨ ਸਾਹਿਬਾਨ ਐਸੋਸੀਏਸ਼ਨਾਂ ਦੇ ਬਾਹਰ ਤੋਂ, ਜਿਹੜੇ ਕਿ ਬਹੁਤ ਹੀ ਸਤਿਕਾਰਯੋਗ ਜਿਹਨਾਂ ਨੇ ਅੱਜ ਰਿਕਾਰਡ ਤੋੜੇ, ਜਿਹੜੇ ਬਾਹਰ ਤੋਂ ਆਏ, ਸੁਨਾਮ ਤੋਂ, ਬਠਿੰਡਾ ਤੋਂ, ਅਬੋਹਰ ਤੋਂ, ਦੇਵੀਗੜ੍ਹ ਤੋਂ, ਸਨੌਰ ਤੋਂ, ਬਸੀ ਤੋਂ, ਆਪਣਾ ਲਾਲੜੂ ਤੋਂ, ਪਟਿਆਲਾ ਤੋਂ, ਸਮਾਣਾ ਤੋਂ, ਆਪਣਾ ਸੰਗਰੂਰ ਤੋਂ, ਭਵਾਨੀਗੜ੍ਹ ਤੋਂ ਤੇ ਮੋਰਿੰਡੇ ਤੋਂ, ਲਾਲੜੂ ਤੋਂ, ਮਤਲਬ ਕਿ ਤੁਸੀਂ ਬਹੁਤ ਹੀ ਸਤਿਕਾਰਯੋਗ ਅੱਜ ਤੁਹਾਡੇ ਵਾਸਤੇ, ਇਹਨਾਂ ਵਾਸਤੇ ਜ਼ੋਰਦਾਰ ਤਾੜੀ ਵਜਾਓ ਸਾਰੇ ਜਿਹੜੇ ਬਾਹਰ ਤੋਂ ਆਏ, ਕਿਹੜਾ ਗੱਜੂ ਤੋਂ, ਮਾਣਕਪੁਰ ਤੋਂ, ਫਰੀਦਪੁਰ ਤੋਂ, ਬੇੜੀ ਤੋਂ, ਅੱਜ ਸਾਰੇ ਹੀ ਡੂਡੂ ਨੂੰ ਕਹਿੰਦੇ, ਸਾਰੇ ਇੱਥੇ ਬੈਠੇ ਜੇ ਡੂਡੂ ਬੱਸੀ ਪਠਾਣਾ ਤੋਂ ਆ ਕੇ, ਤੇ ਸਭ ਤੋਂ ਪਹਿਲਾਂ ਜ਼ੋਰ ਨਾਲ ਆਖੋ ਜੈ ਬਹੁਲਪੁਰੀ, ਜੀਵੇ ਬਹੁਲਪੁਰੀ। ਮੈਂ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਨੂੰ ਸਾਰਿਆਂ ਦਾ ਧੰਨਵਾਦ ਕਰਦਾ, ਜਿਹੜਾ ਕਿ ਤੁਸੀਂ ਇੱਕ ਛੋਟੇ ਜਿਹੇ ਮੈਸੇਜ 'ਤੇ ਤੁਸੀਂ ਇੱਥੇ ਪੁੱਜੇ, ਤੇ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਜਿਹੜੀ ਗੱਲ ਮੈਂ ਦਿਲ ਤੋਂ ਕਰੇ ਸਾਂ, ਕੋਈ ਝੂਠ ਗਾਲ ਕੇ ਨਹੀਂ ਕਰਨੀ, ਕੋਈ ਹੀਰੀ ਵਾਲੀ ਗਾਲ ਕੇ ਨਹੀਂ ਕਰਨੀ,
ਬਿਲਕੁਲ ਸੱਚੀ ਗੱਲ ਕਰ ਰਹੇ ਅੱਜ ਵੀ ਮੈਂ ਸੋਚੇ ਵੀ ਮੈਂ 150 ਬੰਦਾ ਸਿਰਫ ਉਹਦੇ ਦਾ ਪਹਿਲਾਂ 125 ਬਣਾਇਆ 125 ਵੀ ਪੂਰੇ ਪੰਜਾਬ ਵਿੱਚ ਵੀ ਅਸਾਂ ਕਾਰਜਕਾਰੀ ਗਠਿਤ ਕੀਤੀ ਜਿਹੜੀ ਪਰ ਮੈਂ ਉੱਥੇ ਇੱਕ ਅਨਾਊਂਸ ਕੀਤਾ ਜੀ ਵੀ ਜਿਹੜਾ ਵੀ ਸਾਰੀ ਬਰਾਦਰੀ ਦੀ ਸੇਵਾ ਕਰਦਾ ਕਰਨਾ ਚਾਹੁੰਦੇ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਤਾਂ ਮੇਰੇ ਕੋਲ ਫੋਨ ਕਰੇ ਜਾਂ ਮੇਰੇ ਸਾਥੀ ਜਿਹੜੇ ਵੀ ਮੈਂਬਰ ਹਨ ਉਹਨਾਂ ਨੂੰ ਫੋਨ ਕਰੇ ਪਰ ਫੋਨ ਹੀ ਇੰਨੇ ਆ ਗਏ ਨਾ ਵੀ ਹਰੇਕ ਬੰਦੇ ਦੀ ਇਹ ਵੀ ਸੋਚ ਹੀ ਵੀ ਅਸਾਂ ਆਪਣੇ ਸਮਾਜ ਦੀ ਸੇਵਾ ਕਰਨੀ ਹੈ ਤਾਂ ਕਰਕੇ ਅੱਜ ਇੰਨਾ ਵੱਡਾ ਇਕੱਠ ਸੀਗੇ ਤੇ ਸਭ ਤੋਂ ਪਹਿਲਾਂ ਅਸਾਂ ਦੇਖੋ ਏਜੰਡਾ ਬਣਾਇਆ ਉਹਦੇ 20 ਪੁਆਇੰਟ ਹੈ ਬਸ ਡਰਾਮੈਟਿਕ ਸਭ ਹੋ ਜਾਏ ਜਿਵੇਂ ਕਿ ਪਹਿਲਾਂ ਅਸਾਂ ਇਹ ਇੱਕ ਏਜੰਡੇ ਪਹਿਲੀ ਇਹ ਵੀ ਅਸਾਂ ਇਕਜੁੱਟ ਕਿਵੇਂ ਜੀਵਨ ਤੇ ਅਸਾਂ ਉਹਦੇ ਵਿੱਚ ਅਸਾਂ ਜਿਵੇਂ ਕਿ ਉਹਦੇ 'ਚ ਜਿਵੇਂ ਵੀ ਸਾਡੇ ਲੋਕ ਬੈਠਣ ਬਰਾਦਰੀ ਦੇ ਜਿੱਦਾਂ ਜਿੱਦਾਂ ਵੀ ਬੈਠਣ ਪੰਜਾਬ ਵਿੱਚ ਮੇਰੇ ਖਿਆਲ ਲੱਖਾਂ ਦੀ ਤਾਦਾਦ ਵਿੱਚ ਸਾਡੇ ਲੋਕ ਬੈਠੇ ਹਿੰਦੁਸਤਾਨ ਵਿੱਚ ਕਰੋੜਾਂ ਦੀ ਤਾਦਾਦ ਵਿੱਚ ਲੋਕ ਬੈਠੇ ਤੇ ਅਸਾਂ ਇਹ ਬਣਾਇਆ ਵੀ ਅਸਾਂ ਹਰੇਕ ਸ਼ਹਿਰ ਵਿੱਚ 21 ਮੈਂਬਰਾਂ ਦੀ ਕਮੇਟੀ ਬਣੇ ਸਨ ਜਿਹੜੇ ਕਿ ਹਰੇਕ ਸ਼ਹਿਰ ਵਿੱਚ ਗਏ ਸਨ ਉਹਨਾਂ ਦੀ ਮੀਟਿੰਗ ਗਈ ਸਨ ਤੇ ਮੀਟਿੰਗ ਗਿਣ ਕੇ ਉੱਥੋਂ ਅਸਾਂ ਉਹਨਾਂ ਦਾ ਪ੍ਰਧਾਨ ਬਣੇ ਸਨ ਪ੍ਰਧਾਨ ਬਣਾ ਕੇ ਉਹਨਾਂ ਕੋਲ ਪੁੱਛਣਾ ਵੀ ਇਹ ਪ੍ਰਧਾਨ ਲੋਕ ਚਾਹੀਦਾ ਜਿਹੜਾ ਉਹ ਕਿਸੇ ਨੂੰ ਉਹ ਪ੍ਰਧਾਨ ਬਣੇ ਸੂ ਤੇ ਹੁਣ ਤੋਂ ਬਾਅਦ ਸਾਰੇ ਜ਼ਿਲ੍ਹਿਆਂ ਦਾ ਗਠਨ ਕਰੇ ਸੂ ਤੇ ਜਿਹੜੀ ਅੱਜ ਮੇਰੇ ਤਾਕਤ ਮਿਲੀ ਹੈ ਸੀਐਮ ਸਾਹਿਬ ਨੇ ਜਾਂ ਮਹਾਰਾਣੀ ਸਾਹਿਬ ਨੇ ਤਾਕਤ ਦਿੱਤੀ ਹੈ ਮੇਰੇ ਕੋਲ ਪੈਪਸੂ ਡਿਵੈਲਪਮੈਂਟ ਬੋਰਡ ਦਾ ਸੀਨੀਅਰ ਵਾਈਸ ਚੇਅਰਮੈਨ ਲਾ ਕੇ ਉਹ ਜਿਹੜੀ ਤਾਕਤ ਹੈ ਅਸਾਂ ਆਪਣੀ ਬਰਾਦਰੀ ਵਿੱਚ ਪਿੰਡੇ ਸੂ ਤਾਂ ਕਿ ਉਹ ਤਕੜੇ ਜੀਵਨ ਸਭ ਤੋਂ ਪਹਿਲਾਂ ਸਾਡਾ ਇਹ ਵੀ ਅਸਾਂ ਇਕਜੁੱਟ ਕਰਨੇ ਸਾਰਿਆਂ ਨੂੰ ਪਹਿਲਾਂ ਪੰਜਾਬ ਵਿੱਚ ਵੱਲ ਉਹ ਤੋਂ ਬਾਅਦ ਹਿੰਦੁਸਤਾਨ ਵਿੱਚ ਇਹ ਸਾਰਾ ਡਾਕਟਰ ਮਦਨ ਲਾਲ ਜੀ ਅਸੀਜਾ ਜੀ ਦੀ ਅਗਵਾਈ ਅਸੀਂ ਬਣੇ ਸਾਰਾ ਕੰਮ ਦੂਜਾ ਅਸਾਂ ਰਜਿਸਟਰੇਸ਼ਨ ਆਨਲਾਈਨ ਕਰਨੇ ਵੀ ਬਹੁਤਪੁਰ ਮਾਨਸਾ ਦਾ ਇੱਕ ਐਪ ਬਣਿਆ ਹੋਇਆ ਉਹਦੇ 'ਚ ਤੁਸੀਂ ਨਾ ਐਪ ਵਿੱਚ ਜੁੜੋ ਸਾਰੇ ਬਾਲਾਂ ਨੂੰ ਪਤਾ ਆਪਣੇ ਮੇਰੇ ਸ਼ਾਇਦ ਇੰਨਾ ਨੌਲੇਜ ਕਹਿੰਦੀ ਪਰ ਬਾਲਾਂ ਨੇ ਦੱਸ ਕੇ ਮੈਨੂੰ ਨੌਲੇਜ ਦੇਣ ਦੀ ਹੈ ਸਾਡਾ ਇੱਕ ਬੋਰਡਪੁਰੇ ਦਾ ਐਪ ਬਣਿਆ ਹੋਇਆ ਵੀ ਉਹਦੇ ਵਿੱਚ ਤੁਸੀਂ ਐਪ ਵਿੱਚ ਜੁੜੋ ਜਿਵੇਂ ਕਿ ਦਿੱਲੀ 'ਚ ਸਭ ਤੋਂ ਜ਼ਿਆਦਾ ਬੰਦੇ ਜੁੜੇ ਨੇ ਦਿੱਲੀ 'ਚ ਵੀ ਆਪਾਂ ਹੁਣ ਜਿੰਨੇ ਵੀ ਜਿਵੇਂ ਰਾਜੇ ਸਿੰਘ ਜਿਵੇਂ ਬੋਗ ਹੁੰਦੇ ਤੇ ਤੁਸੀਂ ਦੇਖੋ ਹਰੇਕ ਬੋਗ ਦੇ ਤੋਂ ਸਟੇਟ ਸੈਕਟਰੀ ਹੁੰਦੇ ਹੀ ਐਪ ਬਾਰੇ ਤੁਸੀਂ ਦੱਸਣਾ ਸਾਰਾ ਇਹ ਜ਼ਰੂਰੀ ਹੈ ਇਹ ਵੀ ਇੱਕ ਸ਼ਬਦ ਦੇ ਫੁੱਲ ਨੇ ਠੀਕ ਹੈ ਗੱਲ ਕਰਨਾ ਤੇ ਉਹਦੇ 'ਚ ਤੁਸੀਂ ਆਪਾਂ ਵੀ ਸਭ ਤੋਂ ਵੱਧ ਜੋੜਨੇ ਉਹਦੇ ਤੋਂ ਐਪ ਦਾ ਨਾਮ ਦੱਸਿਆ ਵੈਸੇ ਤੀਜਾ ਇੱਕ ਅਸਾਂ ਇੱਕ ਜਿਹੜੇ ਕਿ ਆਪਣੀ ਬਰਾਦਰੀ ਦੇ ਲੜਕੀਆਂ ਨੇ ਜਾਂ ਲੜਕੇ ਉਹਨਾਂ ਦੇ ਰਿਸ਼ਤੇ ਵਾਸਤੇ ਅਸਾਂ ਇੱਕ ਐਪ ਬਣੇ ਨੇ ਤੂੰ ਐਪ ਬਣੇ ਤੂੰ ਆਪਣੇ ਉਹਨੇ 'ਚ ਦੱਸੋ ਸਾਰਾ ਅਸੈਂਬਲੀ ਤੁਹਾਨੂੰ ਵੀ ਦੇਖੋ ਸਾਰੇ ਦੇਖ ਸਕੇ ਨੇ ਨਾ ਦੇਖ ਸਕੇ ਨੇ ਉਹਦੇ 'ਚ ਆਪਸ਼ਨ ਹੋ ਸਕੇ ਸਾਰੇ ਵੀ ਉਹਦੇ 'ਚ ਤੁਸੀਂ ਆਪਾਂ ਇੱਕ ਐਪ ਬਣਾ ਕੇ ਉਹਦੇ ਰਿਸ਼ਤੇ ਆਪਾਂ ਮੈਚ ਕਰ ਸਕਦੇ ਵੀ ਸਾਰੇ ਬਰਾਦਰੀ ਹੁੰਦੇ ਸਿਰਫ ਬਹੁਤ ਬਰਾਦਰੀ ਦੇ ਹੀ ਰਿਸ਼ਤੇ ਹੋ ਸਕਦੇ ਇਹ ਵੀ ਐਪ ਬਾਰੇ ਤੁਸੀਂ ਦੱਸਣਾ ਬੁੱਧੀ ਰਾਜਾ ਜੀ ਇਹ ਜ਼ਰੂਰੀ ਹੈ ਜਿਹੜੇ ਜਿਹੜੇ ਸ਼ਹਿਰ ਦੇ ਦੇਖੋ ਤੁਸੀਂ ਇਹ ਸਾਰਿਆਂ 'ਚ ਆਪਾਂ ਲਾਗੂ ਕਰਨੇ ਜਿਹੜੇ ਜਿਹੜੇ ਕੋਈ ਬੋਗਾ ਦੇ ਜਿੱਦਾਂ ਵੀ ਕੱਟ ਦਿੰਦੇ ਸਾਰੇ ਸ਼ਹਿਰਾਂ 'ਚ ਤੁਸੀਂ ਇਹ ਐਪ ਬਾਰੇ ਦੱਸਣਾ ਚੌਥੀ ਗੱਲ ਰੋਜ਼ਗਾਰ ਸੰਬੰਧੀ ਹੈ ਜਿਵੇਂ ਕਿ ਆਪਣੇ ਲੋਕ ਬੜੇ ਵੱਡੇ ਵੱਡੇ ਕਾਰੋਬਾਰੀ ਵੀ ਹਨ ਤੇ ਕਈ ਬੰਦੇ ਜਿਵੇਂ ਕਿ ਨੰਦਾ ਸਾਹਿਬ ਨਾਲ ਕਰਕੇ ਨੇ ਕਈਆਂ ਕੋਲ ਰੋਜ਼ਗਾਰ ਵੀ ਕਹਿੰਦੇ ਆਪਣਾ ਅਸਾਂ ਐਪ ਬਣੇ ਨੇ ਫਿਰ ਜਿਵੇਂ ਕਿ ਸਾਨੂੰ ਮੇਰੇ ਕੋਲ ਆਪਣੇ ਫੈਕਟਰੀ ਵਾਸਤੇ ਬੰਦੇ ਚਾਹੀਦੇ ਨੇ ਕਟਾਰੀਆ ਸਾਹਿਬ ਕੋਲ ਆਪਣੇ ਫੈਕਟਰੀ ਵਾਸਤੇ ਚਾਹੀਦੇ ਨੇ ਆਪਣੇ ਰਜਿੰਦਰ ਰਾਜਾ ਜੀ ਕੋਲ ਆਪਣੇ ਫੈਕਟਰੀ ਵਾਸਤੇ ਸਾਰੇ ਹੀ ਆਪਾਂ ਦੁਕਾਨਦਾਰ ਬੈਠੋ ਚੰਗੇ ਚੰਗੇ ਦੁਕਾਨਦਾਰ ਚੰਗੇ ਚੰਗੇ ਫੈਕਟਰੀ ਸਿੱਧੀ ਸਾਹਿਬ ਬੈਠੇ ਨੇ ਤੇ ਐਪ ਤਾਂ ਦੱਸੇ ਸੂ ਬਾਅਦ ਤੇ ਉਹਦੇ 'ਚ ਪਹਿਲਾਂ ਅਸਾਂ ਇੱਕ ਐਪ ਬਣੇ ਸੂ ਵੀ ਸਾਨੂੰ ਇਹ ਬੰਦੇ ਚਾਹੀਦੇ ਨੇ ਸਾਡੀ ਪਹਿਲ ਕਿਆ ਉਸ ਅਸਾਂ ਆਪਣੇ ਬਰਾਦਰੀ ਦੇ ਬੰਦੇ ਦੱਸੋ ਇਹ ਸਾਡੀ ਸੋਚ ਹੈ ਤੇ ਇੱਕ ਆਪਣੀ ਬੋਲਪੁਰ ਭਾਸ਼ਾ ਨੂੰ ਮਾਨਤਾ ਦਿਵਾਉਣ ਲਈ ਵੀ ਸਾਡੀ ਬੋਲਪੁਰ ਭਾਸ਼ਾ ਦਾ ਕਿੱਦਾਂ ਪਤਾ ਹੀ ਨਹੀਂ ਆਉਂਦਾ ਵੀ ਹੈ ਕਿ ਨਹੀਂ ਹੈ ਤੇ ਇਹ ਤੀਵੜੀ ਦਾ ਚਲੋ ਪਹਿਲਾਂ ਤਾਂ ਮੈਂ ਦੇਖੋ ਸੀਐਮ ਸਾਹਿਬ ਨੂੰ ਆਪਾਂ ਸਭ ਨਾ ਵੀ ਬੰਦੇ ਮੈਂ ਟਾਈਮ ਗਿਣ ਕੇ ਸੀਐਮ ਸਾਹਿਬ ਕੋਲ ਜਿਹੜੇ ਵੀ 10-15 ਵੀ ਬੰਦੇ ਅਸਾਂ ਇਕੱਠੇ ਹੋਏ ਸੂ ਸੀਐਮ ਸਾਹਿਬ ਨੂੰ ਮੈਨੂੰ ਸੈਂਟਰ 'ਚ ਵੀ ਬਣਨਾ ਪੋਸ ਸਾਹਿਬ ਨੂੰ ਵੀ ਅਸਾਂ ਇਹਦੇ ਵਾਸਤੇ ਵੀ ਆਪਣਾ ਇਹ ਜੋੜਨੇ ਸੂ ਵੀ ਸਾਰੀ ਭਾਸ਼ਾ ਰਜਿਸਟਰਡ ਦੀ ਬਣੇ ਮਾਤਾ ਜੀ ਦੀ ਬਣੇ ਤੇ ਇੱਕ ਹੁਣ 2021 'ਚ
अपनी जनसंख्या की बनी है जनगणना की बनी है पूरे हिंदुस्तान की पिछो बहुमुरी लिखवाना बड़ा जरूरी है अपने नाम जी मेरा जगदीश कुमार मेरा नाम जगदीश कुमार है जगदीश कुमार बहुमुरी यह लिखना जरूरी है ता अपनी जनसंख्या पता लग से अपने हक मंग सकसू सरकार को जो ये गल थी ना आप हक मंग सकसू अपने बच्चों को आप भोजपुरी सिखावन उत्साहित कर रहे वह किवें थे सर वह असा कोई ना कोई प्रोग्राम करते रह सो भी कोई जिमें अच प्रोग्राम करते बच्चों ने करता इवें आप कोई ना कोई जिम्मे त्योहार आ गया उतना एक एक जिम्मे दुनिया च असा गया से मोटरसाइकिल रैली कटती कुछ कटती अज कह बाल भोजपुरी कहीं बोलते दसेंदे रहसू इवें त्योहार से जो प्रोग्राम करके हर महीने दो महीने बाद भी आप चले सू हूं तो बाद जिमें कि हाँ जिमें हम असा एक प्रोग्राम करते सारे शहर च करते जो मैं दसेंदा पे जिमें आप कोई भी त्यौहार होंगे दिवाली का आते लोहड़ी होंगी है अपना होली होंगी जो वधिया वधिया त्यौहार हैं सारे जे आप मनेंदे उन्होंने असा यह सोचे भी हरेक शहर के बंदे जेडे अपनी 200-300 परिवार जिन्हें भी वो परिवार की संगत भी होंगे वो त्यौहार मनवाएं रसू तो रात को कोई ना कोई फंक्शन करते रहो डिनर पार्टी फैमिली पार्टी भी सारी फैमलियां एक दूजे को मिलन उतना खा लिया फेमन इवें बदले का मेल जोड़ बनिया रहा ही करके आप कम करते ये भी कर रहे आप एक सब तो वही गल हरेक बिरादरी का बोर्ड है सरकारी वेलफेयर बोर्ड सारे सिर्फ भोजपुर बिरादरी जेडे कि सब तो ज्यादा पटियाला 2.5 लाख वोट है अपनी 2.5 लाख वोट है अपनी पटियाला वेलफेयर बोर्ड कहीं बने सरकार वालों बाकी आपको सारे कैबिनेट पावर असा सीएम साहब को मिल के सारे आप भोजपुर वेलफेयर बोर्ड बनाने जेडे कि सब कैबिनेट सारे बंद को कैबिनेट पावर मिले ये सरकारी कागज जरूरी है उन तो बाद नवी सदी है सही झूलेलाल जी की देखो अपने हरेक ईष्ट गुरु अपने सही झूलेलाल जी है सारे आपको असा यह चाहू भी सरकार को आख्या उन्हें जिदा जिदा भी सारी तकरीबन पंजाब सारे पास ही बैठे जिदा जिदा भी सारे लोग बैठे पहला भी राजपुरा राजधानी मनी मिलती है असा सही झूलेलाल जी की हरेक शहर मूर्ति लगे असा सारे हरेक अपनी कौम के बंदे जेडे भी उन्होंने गुरु हैं ईसाई हैं मुस्लिम हैं सिख हैं मुसलमान भाईचारा है सारे अपने अपने ईष्ट गुरु का जन्मदिन मनाते हैं भी असा भी बड़ी धूमधाम सही झूलेलाल जी का जन्मदिन मना ये हरेक शहर च लागू करो जब उन्होंने जन्मदिन है मार्च के लास्ट हफ्ते चाहते तो हरेक शहर च करो ताकि इन भी अपना मैसेज मैसेज भी असा कट्ठे से सारे एक महीना बार असा एक मैगजीन कटे से मैगजीन जिमें कि कहनी शादी है कोई कहनी डेथ जीवनी भोग है कुछ है भी आपको पता लगता रहा भी इन्होंने घर अच्छ खुशी है इन्होंने घर कमी है भी हर महीने असर छाप सू के कविता भी छाप सू बोल पुरिया ने उनके नाल एक दू फायदा की सर एक तो सा बोल पुरिया का पता लगता रहा भी क्या कम है क्या सुख है तो उन्हें जिंदे घर खुशी होंगी है ना अगला जरूर कहने यार तुम कम चंगा करते पे 11,000 रुपए 21,000 रुपए 2100 रुपए में कुछ ना कुछ उठे से यह भी आप फायदा थी से मेन गल आ गई हूँ कन्नी लास्ट चाहिए महा सम्मेलन में देखो कोई भी जब तक कोई कट्ठे नहीं देंगे भी महा सम्मेलन करा एक अपना राजपुर जिन्हें मेरे को ज्ञान चंद कटारिया जी बैठे ना मेरे को कहते भी पंजाब बसों की जिम्मेवारी मेरी ला दो पंजाब बस मैं कहने के सब महा सम्मेलन कराओ जिदा जिदा भी लोग बैठे मैं कहनी नहीं 100 बस देनी है अगर कोई अगर 100 कर दो
ਸਾਰੀ ਬੱਸਾਂ ਗਿਆਨਚੰਦ ਕਟਾਰੀਆ ਜੀ ਨੇ ਆ ਕੇ ਮੈਂ ਬੇਸਾ ਸਾਰਿਆਂ ਨੂੰ ਆਪਾਂ ਮਾਸ ਮਿਲ ਜਿੱਦਾਂ ਜਿੱਦਾਂ ਸਾਡੇ ਲੋਕ ਬੈਠੇ ਨੇ ਉੱਥਾਂ ਬੱਸਾਂ ਵੇ ਸਨ ਇੱਕ ਬਹੁਤ ਜਲਦ ਆਪਾਂ ਮਾਸ ਸੰਮੇਲਨ ਕਰਾਉਣਾ ਹੈ ਉਹਦੇ 'ਚ ਆਪਾਂ ਦਿਖਾਉਣੇ ਹਜ਼ਾਰਾਂ ਦੀ ਗਿਣਤੀ 'ਚ ਮੈਂ ਕੀਤੀ ਨਜ਼ਰ ਬਹੁਤ ਹੀ ਸਕਦੇ ਹਜ਼ਾਰਾਂ ਦੀ ਗਿਣਤੀ 'ਚ ਆਪਣੇ ਲੋਕਾਂ ਦਾ ਇਕੱਠ ਦਿਸ ਤਾਂ ਮਾਸ ਸੰਮੇਲਨ ਦਿਸੇ ਅਤੇ ਇੱਕ ਆ ਗਈ ਜ਼ਰੂਰਤਮੰਦ ਆਪਣੇ ਬਰਾਦਰੀ ਦੇ ਬੱਚਿਆਂ ਵਾਸਤੇ ਸਕੋਲਰਸ਼ਿਪ ਅਸਾਂ ਜਿਹੜੀ ਬਣਾਈ ਹੈ ਜੋ ਅਸਾਂ ਕਰ ਸਕੂ ਵੀ ਜਿਹੜੇ ਵੀ ਬੱਚੇ ਨੇ ਸਾਡੀ ਬਰਾਦਰੀ ਦੇ 90% ਨੰਬਰ ਆ ਕੇ ਪਲੱਸ 2 ਤੋਂ ਬਾਅਦ 90% ਨੰਬਰ ਆ ਕੇ ਉਹ ਜਿਹੜੀ ਵੀ ਪੜ੍ਹਾਈ ਕਰਨਾ ਚਾਹੁੰਦੇ ਅਸਾਂ ਇਹਦੇ 'ਚ 5 ਮੈਂਬਰਾਂ ਦੀ ਕਮੇਟੀ ਬਣਾਈ ਹੈ ਜਿਹੜੇ ਰਿਟਾਇਰਡ ਮਾਸਟਰ ਨੇ ਰਿਟਾਇਰਡ ਮਾਸਟਰ ਨੇ ਜਿਹਨੇ 90% ਨਹੀਂ ਪੜ੍ਹ ਸਕਦਾ ਉਹ ਸਾਡੀ ਉਹ ਹਰੇਕ ਸ਼ਹਿਰ 'ਚ ਇਹ ਕਹਿੰਦਾ ਵੀ ਇਕੱਲਾ ਬਹੁਤ ਮਾਂ ਹਰੇਕ ਸ਼ਹਿਰ ਦਾ ਜਿਵੇਂ ਜਿਵੇਂ ਅਸਾਂ ਰਾਜਪੁਰੇ ਬੈਠੇ ਸੀ ਉਹ ਜ਼ਿੰਮੇਵਾਰੀ ਸਾਡੀ ਹੈ ਇਹ ਮਤਲਬ ਕਿ 90% ਤੋਂ ਜਿਹੜੇ ਪਲੱਸ 2 ਤੋਂ ਬਾਅਦ ਜਿਹੜੇ ਬੱਚੇ ਨੇ ਉਸ ਉਹ ਸਾਰਿਆਂ ਨੇ ਸਿਓਕ ਨੇ ਜੀਵਣੇ ਅਤੇ ਉਹਦੀ ਪੜ੍ਹਾਈ ਅਸਾਂ ਕਰਦੇ ਸੀ ਪਲੱਸ 2 ਤੋਂ ਬਾਅਦ ਜਿਹੜੀ ਮਰਜ਼ੀ ਪੜ੍ਹਾਈ ਕਰਦਾ ਹੋਵੇ ਅਤੇ ਸਾਡੇ ਅਰੋੜਾ ਸਾਹਿਬ ਨੇ ਦਿੱਲੀ ਦੇ ਉਹ ਪਹਿਲਾਂ ਹੀ ਆ ਕੇ ਜਿਹੜਾ CA ਪੜ੍ਹਨਾ ਚਾਹੁੰਦਾ ਜਿਹੜਾ ਹੁਸ਼ਿਆਰ ਬੱਚਾ CA ਕਰਨਾ ਚਾਹੁੰਦੇ ਸਾਰਾ ਖਰਚਾ ਕਰਨ ਨੂੰ ਬਹੁਤ ਤਿਆਰ CA ਕਰਨਾ ਚਾਹੁੰਦੇ ਜਿੰਨੇ ਮਰਜ਼ੀ ਬੱਚੇ ਹੋਣ ਜਿਹੜਾ CA ਕਰਨਾ ਚਾਹੁੰਦੇ ਨਾ ਬੱਚੇ ਉਹਨਾਂ ਨੇ ਕਰਵਾ ਕੇ ਦਿੱਤੇ ਅਤੇ ਜ਼ਰੂਰਤਮੰਦ ਲੜਕੇ ਮੈਂ ਗਰੀਬ ਗੁਰੂ ਨਹੀਂ ਕਹਿੰਦਾ ਜ਼ਰੂਰਤਮੰਦ ਲੜਕੀ ਦਾ ਸਾਡੀ ਬਰਾਦਰੀ 'ਚ ਜਿਹੜੇ ਜਿਹੜੇ ਸਾਰੇ ਸ਼ਹਿਰਾਂ ਵਾਸਤੇ ਜਿਹੜੇ ਜ਼ਰੂਰਤਮੰਦ ਲੜਕਿਆਂ ਜਿਹਦੀ ਸ਼ਾਦੀ ਉਹ ਖਰਚਾ ਨਹੀਂ ਕਰ ਸਕਦਾ ਉਹ ਸਾਨੂੰ ਇਹਨੇ ਵੀ ਕਮੇਟੀ ਬਣਸੇ 5 ਬੰਦਿਆਂ ਦੀ ਅਤੇ ਉਹ 5 ਬੰਦੇ ਆ ਰਹੇ ਸਨ ਵੀ ਅਸੀਂ ਸਾਰੀ ਸ਼ਾਦੀ ਦਾ ਖਰਚਾ ਅਸਾਂ ਕਰਨੇ ਦਾ ਅਸਾਂ ਕਰੇ ਸੀ ਇਹ ਵੀ ਸਾਡਾ ਵਾਅਦਾ ਅਤੇ ਕਰਦੇ ਤਾਂ ਸਰਕਾਰ ਹੈ ਪਰ ਅਸਾਂ ਕਰਫਿਊ ਸਾਰਾ ਕਰਨਾ ਤੁਹਾਡਾ ਦਿੰਦੇ ਅਤੇ ਬਜ਼ੁਰਗਾਂ ਵਾਸਤੇ ਧਾਰਮਿਕ ਯਾਤਰਾ ਬਜ਼ੁਰਗ ਜਿਹੜੇ ਪੈਸੇ ਨਹੀਂ ਬਣ ਸਕਦੇ ਧਾਰਮਿਕ ਯਾਤਰਾ ਕਰਨਾ ਚਾਹੁੰਦੇ ਨੇ ਜਿੱਦਾਂ ਉਹ ਖੇਸ ਨੇ ਬਜ਼ੁਰਗ ਜਿਹੜੇ ਜ਼ਰੂਰਤਮੰਦ ਲੋਕ ਨੇ ਉਹਦੇ ਵਾਸਤੇ ਵੀ ਕਮੇਟੀ ਬਣਸੇ 5 ਮੈਂਬਰਾਂ ਦੀ ਅਤੇ ਅਸਾਂ ਹਰ ਸਾਲ ਹੋਣ ਤਾਂ 5 ਕਹਿੰਦੇ ਵੀ ਪੰਜਾਬ ਤੱਕ ਦੀ ਮੀਟਿੰਗ ਦਾ ਵੀ ਆ ਸਕੋ 5 ਬੱਸਾਂ ਹਰ ਸਾਲ ਅਸਾਂ ਭੇਜ ਸਕੋ ਜਿੱਦਾਂ ਉਹ ਕਰ ਸਕੇ ਅਤੇ ਉਹ ਤੋਂ ਬਾਅਦ ਲੈਬੋਰਟਰੀ ਖੋਲਣੀ ਹੈ ਇੱਕ ਰਾਜ 'ਚ ਹਰੇਕ ਇਹ ਸਾਰੇ ਪੰਜਾਬ ਵਾਸਤੇ ਮੁੱਦੇ ਨੇ ਜਿਵੇਂ ਕਿ ਅਸਾਂ ਰਾਜਪੁਰੇ 'ਚ ਅਸਾਂ ਸਮਾਣੇ ਬੋਲੀ ਵੀ ਇਹਨਾਂ ਦੀ ਕਟਾਰੀਆ ਸਾਹਿਬ ਦੀ ਰਾਜਕੁਮਾਰ ਜੀ ਦੀ ਅਤੇ ਲੈਬੋਰਟਰੀ ਜਿਹੜੀ ਕਿ ਜਾਇਜ਼ ਰੇਟ ਬਿਲਕੁਲ ਜਾਇਜ਼ ਰੇਟ ਮਤਲਬ ਨਾ ਮਾਤਰ ਜਿਹੜਾ ਖਰਚਾ ਹੁੰਦਾ ਰਸੇ ਉਹ ਲੈਬੋਰਟਰੀ ਖੁਲਦੇ ਸਾਰੇ ਐਨ ਹਾਈਜੈਨਿਕ ਲੈਬੋਰਟਰੀ ਕੋਈ ਡਾਕਟਰ ਕਹਿੰਦਾ ਮਨਾ ਕਰ ਸਕਦਾ ਵੀ ਮੇਰੇ ਰਿਪੋਰਟ ਨਹੀਂ ਮੰਨਦਾ ਜੀ ਅਤੇ ਅਸਾਂ ਬਹੁਤ ਜਲਦ ਇਹ ਰਾਜਪੁਰੇ ਵੀ ਲੈਬੋਰਟਰੀ ਖੋਲ੍ਹਣ ਨੂੰ ਵੀ ਤੁਹਾਨੂੰ ਖੁਸ਼ੀ ਦੀ ਗੱਲ ਮੈਂ ਦੱਸਣਾ ਚਾਹੁੰਦਾ ਸਭੇ ਕੋਲ ਇੱਕ ਬੰਦਾ ਆਖਰੀ ਗਏ ਵੀ ਡੋਨੇਟ ਮੈਂ ਕਰੇ ਸੀ ਅਤੇ ਜਿਹੜੀ ਜਗ੍ਹਾ ਮੈਂ ਲੈਣਾ ਪੈਣਾ ਆਪਣੇ ਦਫ਼ਤਰ ਦੇ ਦਫ਼ਤਰ ਵਿੱਚ ਜਗ੍ਹਾ ਲੈਣਾ ਪਿਆ ਉਹਨਾਂ ਨੂੰ ਅਤੇ ਸਭ ਤੋਂ ਟੋਪ ਦੀ ਗੱਲ ਮੈਂ ਕੱਲ੍ਹ ਹੀ ਕਰਕੇ ਆਇਆ ਤੁਹਾਡੇ ਵਾਸਤੇ ਬਾਕੀ CM ਸਾਹਿਬ ਨੇ ਅੱਗੋਂ ਕਰਨਾ ਮੈਂ ਪੈਪਸੂ ਬੋਰਡ 'ਚ ਮਤਾ ਪਵਾ ਕੇ ਆਇਆ ਕੱਲ੍ਹ ਮੇਰੇ ਕੋਲ SDM ਨੇ ਹਾਂ ਕਰਤੀ ਹੈ 5 ਏਕੜ ਆਪਾਂ ਜ਼ਮੀਨ ਕਹਿੰਦੇ ਵੀ ਉਹ ਪੈਪਸੂ ਡਿਵੈਲਪਮੈਂਟ ਬੋਰਡ ਤੋਂ ਸਕੂਲ ਵਾਸਤੇ ਬਹੁਤ ਬਰਾਦਰੀ ਵਾਸਤੇ ਹੋਰ ਕੋਈ ਮਾਂ ਸੰਘ ਲੈਟਰ ਦਿੰਦਾ ਪਏ ਕੱਲ੍ਹ ਉਹ ਮਤਾ ਮੇਰੇ ਹਿਸਾਬ ਨਾਲ ਪੈਪ ਸਕੂ SDM ਨੇ ਵੀ ਹਾਂ ਕਰਕੇ ਬਾਕੀ CM ਸਾਹਿਬ ਕੋਲ ਵਿੱਚ ਮੈਂ ਬੇਟਾ ਉਸ ਮੀਟਿੰਗ 17 ਤਰੀਕ ਦੀ ਮੈਨੂੰ ਲੱਗਦਾ ਲਗਭਗ ਇਹ ਕਲੀਅਰ ਸੀ ਵੈਸੇ ਪਹਿਲਾਂ ਸਕੂਲ ਖੋਲ੍ਹੂ ਵਪਾਰ ਮੰਡਲ ਵਾਸਤੇ ਵੀ ਸੁਰਿੰਦਰ ਮੁਖੀ ਮੇਰੇ ਕੋਲ ਕੋਈ ਦੇਸੇ ਮੇਰੇ ਕੋਲੋਂ ਪ੍ਰੈਸ ਆਲਿਆ ਹੈ ਨਾ ਪ੍ਰੈਸ ਕਲੱਬ ਵਾਸਤੇ ਇਹਨੂੰ ਕੁਛ ਗਾ ਦੇ ਦਿੱਤੀ ਹੈ ਅੱਜ ਹੀ ਸੁਣ ਮੈਨੂੰ ਕੱਲ੍ਹ ਮਤਾ ਪਵਾੜ ਦੇ ਇਹਨਾਂ ਦਾ ਅਤੇ ਅਸਾਂ 5 ਏਕੜ ਜਗ੍ਹਾ ਕਿੰਨੇ ਕੋਲ ਜਿਹੜਾ ਕਿ ਪਹਿਲਾਂ ਸਕੂਲ ਵਾਸਤੇ ਸ਼ਾਮ ਨੂੰ ਅਸਾਂ ਸਕਿੱਲ ਡਿਵੈਲਪਮੈਂਟ PSL ਦੇ ਸ਼ਾਮ ਨੂੰ ਜਿਹੜੇ ਬੇਰੁਜ਼ਗਾਰ ਸਾਡੇ ਨੌਜਵਾਨ ਨੇ ਉਹਨਾਂ ਨੂੰ ਅਸਾਂ ਕੋਈ ਨਾ ਕੋਈ ਕੋਰਸ ਜਿਵੇਂ ਦੇਣਾ ਸਾਨੂੰ ਅਤੇ ਹਾਂ ਮੇਨ ਗੱਲ ਇਹ ਵੀ ਦੇਖੋ ਮੈਂ ਪਰਸੋਂ ਵੀ ਇੱਕ ਗੱਲ ਬੋਲੀ ਹੈ ਮੈਂ ਤੋਂ ਬਾਅਦ ਮੇਰੀ ਮੀਡੀਆ ਸਾਰੀ ਇਹ ਗੱਲ ਜ਼ਰੂਰ ਚਲਾਇਓ ਅਗਰ ਕਿਸੇ ਵੀ ਸਾਰੀ ਬਰਾਦਰੀ ਨਾਲ ਇਕੱਲਾ ਰਾਜਪੁਰੇ ਕਹਿਣਾ ਪੂਰੇ ਪੰਜਾਬ ਵਿੱਚ ਕਹਿਣਾ ਪੂਰੇ ਹਿੰਦੁਸਤਾਨ ਕਹਿਣਾ ਖਾਸ ਤੌਰ ਤੇ ਰਾਜਪੁਰੇ ਵਾਸਤੇ ਬਰਾਦਰੀ ਨਾਲ ਸਾਡੀ ਕਈ ਕਿਤੇ ਨਾਲ ਧੱਕਾ ਥੀ ਗਿਆ ਸਭ ਤੋਂ ਪਹਿਲਾਂ ਮੈਂ ਖਰਸਾ ਮੇਰੀ ਜਾਨ ਆ ਜਾਵੇ ਹੁਣ ਧੱਕਾ ਨਹੀਂ ਦੇਵਣ ਦੇਣਾ ਮੈਂ ਕਹਿੰਦਾ ਇਹ ਤੁਹਾਡੇ ਸਾਰਿਆਂ ਦਾ ਵਾਅਦਾ ਕੋਈ ਘਬਰਾਓ ਨਾ ਤੁਸੀਂ ਹੁਣ
ਆਪਣਾ ਖੋਲ ਕੇ ਕੰਮ ਕਰੋ। ਮੈਂ ਬਾਰ ਬਾਰ ਕਹਿੰਦਾ ਮੈਂ ਘਬਰਾਉਣਾ ਕਹਿੰਦੀ ਡਰਨਾ ਕਹਿੰਦੀ ਕਹਿੰਦੇ ਕੋਲ ਜਿਵੇਂ ਕਿ ਪਿੱਛੋਂ ਇੱਕ ਨਾਰਾ ਚੱਲੇ ਨਾ ਡਰੇਗਾ ਨਾ ਝੁਕੇਗਾ। ਮੈਂ ਉਹ ਟਾਈਮ ਆ ਗਈ ਬੋਲਪੁਰੀ ਨਾ ਕਦੋਂ ਡਰੇ ਤੇ ਨਾ ਕਦੋਂ ਝੁਕੇ। ਡਰਨਾ ਆਉਂਦਾ ਤਾਂ ਪਾਕਿਸਤਾਨ ਚ ਰਹਿਣ ਦੇ ਆਪਾਂ ਸਾਰੇ ਬਜ਼ੁਰਗ, ਝੁਕਣਾ ਆਉਂਦਾ ਤਾਂ ਸਾਜੀ ਨੇ ਉੱਤੇ ਕਹਿਣਾ ਬਣ ਜਾਂਦੇ ਤੇ ਨਾ ਡਰੇ ਤੇ ਨਾ ਝੁਕਸੇ ਸਾਰਾ ਬੋਲਪੁਰੀ। ਇਹ ਮੈਂ ਤੋਂ ਬਾਅਦ ਬਾਰ ਬਾਰ ਕਹਿੰਦਾ ਮੈਂ ਬਿਲਕੁਲ ਕਹਿੰਦੀ ਡਰਨਾ ਕਹਿੰਦਾ ਵੀ ਇਹਨਾਂ ਦਾ ਧੱਕਾ ਪਿਆ ਸਭ ਤੋਂ ਪਹਿਲਾਂ ਕੋਈ ਪਰਚਾ ਦਿੰਦਾ ਉਸ ਮੈਂ ਆਪਣੇ ਕਰਦਾ ਸਰ ਤੁਹਾਡੇ ਨਾਲ ਬਿਲਕੁਲ ਤੁਹਾਨੂੰ ਮਰਜ਼ੀ ਤੁਹਾਨੂੰ ਸਦੋ। ਚਲੋ ਬਰਾਦਰੀ ਦਾ ਇਹ ਹੀ ਹੈ, ਮੈਂ ਹਲਕਾ ਰਾਜਪੁਰੇ ਨੂੰ ਧੱਕਾ ਨਹੀਂ ਦੇਣਾ ਚਾਹੁੰਦਾ ਪਿਆ, ਹਲਕਾ ਰਾਜਪੁਰੇ ਨੂੰ ਵੀ ਧੱਕਾ ਦੇਣਾ ਚਾਹੁੰਦਾ। ਮੇਰਾ ਵਾਅਦਾ ਸਾਰਾ ਕਰਨਾ ਪਹਿਲਾਂ ਤੋਂ ਕਿੰਨਾ ਲੈ ਕੇ ਠੀਕ ਸੀਗੇ ਤੇ ਅੱਜ ਤੋਂ ਬਾਅਦ ਮੇਰਾ ਧੱਕਾ ਵੀ ਗਿਆ ਸਭ ਤੋਂ ਪਹਿਲਾਂ ਮੇਰੀ ਜਾਨ ਆ ਜਾਵੇ ਮੈਂ ਕਰ ਸਕਦਾ। ਤੇ ਸਾਡੀ ਇੱਕ ਯੋਗ ਆਸ਼ਰਮ ਵਾਸਤੇ ਜਗ੍ਹਾ ਦਿਵਾਓ ਜੀ, ਕੋਈ ਨਹੀਂ ਉਹ ਕਰਦੇ ਆ ਪਹਿਲਾਂ ਆਪਣੇ ਪੜ ਲਈਏ। ਤੇ ਯੂਥ ਦਾ ਕਿਉਂ ਯੂਥ ਕੋਈ ਆਪਾਂ ਕੋ ਗਿਣ ਗਿਆ ਵਾ, ਯੂਥ ਦਾ ਅਸੀਂ ਗਠਨ ਕਰਨ ਵੱਲੋਂ ਅਖਿਲ ਭਾਰਤੀ ਬਹੁਤ ਮਹਾਂਸੰਘ ਦਾ ਯੂਥ ਬਣਾਉਣ ਵੱਲੋਂ ਜਿਹੜਾ ਕਿ ਉਹ ਅਸਾਂ ਵਿਪੁਲ ਬੱਬਰ ਜੀ ਨੂੰ ਜ਼ਿੰਮੇਵਾਰੀ ਦਿੱਤੀ ਹੈ ਯੂਥ ਵਾਸਤੇ। ਇਹ ਬੜਾ ਹੋਣਾ ਮਹਿਕੂ ਮੇਰੇ ਨਾਲ ਆਉਂਦੇ, ਬੜਾ ਮਿਹਨਤੀ ਬੰਦਾ, ਜੋ ਕੰਮ ਆ ਉਹ ਕਰਨ ਦੇ, ਕਿਉਂਕਿ ਯੂਥ ਦੇ 27-28 ਸਾਲਾਂ ਦੀ ਉਮਰ ਹੈ ਤੇ ਇਹ ਫਿਰ ਪਤਾ ਇਹਨੇ ਆਪਣੇ ਤੋਂ ਵੀ ਵੱਧ ਬਣ। ਹੁਣ ਮੈਂ ਕਿ ਨਾਲ ਚ ਗੱਲ ਸਾਰੀ ਮੇਨ ਗੱਲ ਰਾਜਨੀਤੀ ਵਾਲੀ, ਆਪਾਂ ਸਾਰੇ ਖੇਲੂ ਵੀ ਰਾਜਨੀਤੀ ਵਾਲੀ ਗੱਲ ਕਿਵੇਂ ਕਰਨੀ, ਰਾਜਨੀਤਿਕ ਮਨ ਚ ਨਹੀਂ ਆਉਣਾ ਚਾਹੀਦਾ, ਕਿਉਂ ਨਹੀਂ ਆਉਣਾ ਚਾਹੀਦਾ ਜੀ ਮੈਨੂੰ ਦੱਸੋ। ਮੈਂ ਇਹ ਕੋਈ ਦੱਸੋ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਅੱਜ ਮੁੱਖ ਮੰਤਰੀ ਸਾਡੇ ਮਾਨਯੋਗ ਪੰਜਾਬ, ਉਹ ਮਹਾਜਨ ਸਭਾ ਦੇ ਪਹਿਲਾਂ ਪ੍ਰਧਾਨ ਬਣੇ ਮੁਲਾ ਸੀ ਅਮਨ ਬੁੱਢਾ ਸਾਹਿਬ, ਹਰਿਆਣਾ ਦੇ ਮਹਾਜਨ ਸਭਾ ਦੇ ਪ੍ਰਧਾਨ। ਤੀਜਾ ਮੈਂ ਰਾਜੇ ਸਵਾਮੀਆ ਉਹ ਤਾਂ ਮੀਣਾ ਬਰਾਦਰੀ ਦੇ ਪ੍ਰਧਾਨ, ਉਹ ਸਾਰੇ ਹੀ MP ਜਿਹੜੇ ਮੀਣਾ ਬਰਾਦਰੀ ਸੀਤਾ ਜੀ ਦਾ ਬੈਠੀ। ਚਲੋ ਜਿਵੇਂ ਬੁੱਢੀ ਰਾਜਾ ਜੀ ਨੇ ਆ ਕੇ ਮਰਾਠਾ ਬਰਾਦਰੀ ਕਿਉਂ ਨਹੀਂ ਆਉਣੇ ਚਾਹੀਦੇ, ਜਦ ਤੱਕ ਅਸਾਂ ਰਾਜਨੀਤੀ ਕੇ ਤਕੜੇ ਨਹੀਂ ਦਿੰਦੇ, ਰਾਜਨੀਤੀ ਤਕੜੇ ਦਿੰਦੇ ਨਾ ਅਸਾਂ ਸਮਾਜ ਦੀ ਭਲਾਈ ਕਰ ਸਕੂ, ਨਾ ਕਿਹਦਾ ਕੰਮ ਕਰਾ ਸਕੂ। ਤੁਸੀਂ ਆਖੋ ਜੀ ਇਹ ਕੈਂਪ ਲਾ ਕੇ ਦਾ, ਇਹ ਦੂਰ ਦੁਰਾ ਟਾਈਮ ਲਾ ਕੇ ਦਾ, ਕਿਉਂ ਨਹੀਂ ਆਉਣਾ ਚਾਹੀਦਾ ਸਾ। ਹੁਣ ਅਸਾਂ ਇਕੱਠੇ ਕਿਉਂ ਕਿਉਂ ਰਾਜਨੀਤੀ ਪਾਸੇ ਕਿਉਂ ਕਿ ਮਲੇਰਕੋਟਲੇ ਵਾਲਾ ਕੰਮ ਬਣਾਉ ਰਾਜਪੁਰੇ, ਅਗਰ ਉੱਥੇ ਮੁਸਲਮਾਨ ਤੋਂ ਇਲਾਵਾ ਉੱਥੇ ਵੀ ਆਪਣੇ ਜਿੰਨੀ ਵੋਟ ਹੈ 40-42 ਹਜ਼ਾਰ ਵੋਟ ਹੈ ਉੱਥੇ, ਅਗਰ ਉੱਥੇ ਮੁਸਲਮਾਨ ਕੋਈ ਖੜਾ ਦਿੰਦੇ, ਦੋਵੇਂ ਪਾਸੇ ਮੁਸਲਮਾਨ ਖੜਾ ਦਿੰਦੇ ਤਾਂ ਵੋਟ ਚਲੋ ਜਿਹਦੀ ਮਰਜ਼ੀ ਉੱਥੇ ਪਾੜ ਲੈ, ਅਗਰ ਮੁਸਲਮਾਨ ਤੋਂ ਇਲਾਵਾ ਕੋਈ ਬੰਦਾ ਖੜਾ ਥੀਮ ਨੇ ਤਾਂ ਵੋਟ ਸਾਰੇ ਮੁਸਲਮਾਨ ਤੋਂ ਆਪਣੀ ਜਿੱਤ ਹੁੰਦੀ ਰਹੇ। ਜਦੋਂ ਦੋਵੇਂ ਪਾਸੇ ਸਾਰੇ ਬੰਦੇ ਲੜਦੇ ਪਏ ਸਨ, ਜਦੋਂ ਜਿੰਨੇ ਵੀ ਪਾਰਟੀਆਂ ਉਹ ਸੋਚਣ ਵੀ ਇਹ ਇੱਕ ਰੇਜ ਉਹ ਕਰਨੇ ਆਦੀ ਦੇ ਵਿੱਚ ਦੱਸੋ ਬਗੈਰ ਆਪਣੀ ਬਰਾਦਰੀ ਤੋਂ ਰਾਜਨੀਤਿਕ ਬੰਦੇ ਜਿਹੜੇ ਉਹ ਕਿਉਂ ਚੱਲ ਸਕਣ ਵੀ ਇਕੱਠੇ ਕੀ ਹੋਣੇ ਦੱਸੋ, ਉਹ ਤਾਂ ਕਦੋਂ ਚੱਲ ਸਕਦੇ ਲੋਕ ਫੜਨ ਫੱਟਣ ਆਏ, ਉਹਨਾਂ ਨੂੰ ਤਕਲੀਫ ਦਿੰਦੀ ਹੈ ਵੀ ਇਕੱਠੇ ਠੀਕੇ ਤਾਂ ਸਾਰੀ ਖੈਰ ਗਈ। ਇਹ ਵੀ ਪ੍ਰਣ ਕਰਕੇ ਬਣਾਓ ਵੀ ਆਪਾਂ ਇਕੱਠੇ ਰਹੋ ਰਾਜਨੀਤਿਕ, ਜਦੋਂ ਤੱਕ ਇਹ ਕਹਿਣਾ ਵੀ ਆਪਾਂ ਹੇਕ ਹੀ ਟਿਕਟ ਗਏ, ਜਿੰਨੀ ਆਪਣੀ ਆਬਾਦੀ ਹੈ ਨਾ ਆਪਾਂ ਘੱਟੋ ਘੱਟ ਅਸਾਂ 10 ਟਿਕਟਾਂ ਦੀ ਮੰਗ ਕਰੋ 5 ਦਾ ਦੇਵੇ ਠੀਕ ਹੈ ਗੱਲ ਕਹਿਣਾ, ਇਹ ਜ਼ਰੂਰੀ ਹੈ ਗੱਲ ਵੀ ਅਸਾਂ ਰਾਜਾਂ ਤੱਕ ਰਾਜਨੀਤਿਕ ਟਕੜੇ ਨਹੀਂ ਦਿੰਦੇ। ਉਹਨੇ ਤੱਕ ਸਾਡੇ ਮੱਲੇ ਪੁੱਜ ਗਏ, ਅੱਜ ਦੇਖੋ ਸੀਜੇਵਾਲ ਚੇਅਰਮੈਨ ਸੀਐਮ ਸਾਹਿਬ ਨੇ ਆਪਣੇ ਨਾਲ ਵਾਲੀ ਕੁਰਸੀ ਦੇ ਦਿੱਤੀ ਹੈ, ਬਿਲਕੁਲ ਕਿਉਂ ਦਿੱਤੀ ਹੈ, ਬਿਲਕੁਲ ਸਿਰਫ ਤੁਹਾਡੇ ਲੋਕਾਂ ਕਰਕੇ ਦਿੱਤੀ ਹੈ, ਬਿਲਕੁਲ ਇਵੇਂ ਕਹਿ ਦਿੱਤੀ। ਮੈਂ ਤੁਹਾਨੂੰ ਸਹੀ ਗੱਲ ਦੱਸ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਵੀ ਦੇਖੋ ਮਰਨਾ ਸਾਰਿਆਂ ਨੇ ਤੇ ਮੇਰੀ ਇੱਕ ਇੱਛਾ ਪਰਮਾਤਮਾ ਦੇ ਆਸ਼ੀਰਵਾਦ ਨਾਲ, ਦੇਖੋ ਮੈਨੂੰ ਕੋਈ ਨਾਮ ਦੀ ਲੋੜ ਕਹਿੰਦੇ ਹੋ, ਮੈਂ ਸਿਰਫ ਆਪਣਾ ਨਾਮ ਕਹਿੰਦੇ ਤਾਂ ਤੁਸੀਂ ਜਿੱਦਾਂ ਮਰਜ਼ੀ ਜਿਹੜੇ ਮਰਜ਼ੀ ਸ਼ਹਿਰ ਕਹਿੰਦੇ ਨਾ, ਇਹ ਕਹਿੰਦਾ ਗੱਲਾਂ ਆਪਣੇ ਬਰਾਦਰੀ ਵਿੱਚ ਤੁਹਾਡੇ ਆਸ਼ੀਰਵਾਦ ਨਾਲ ਸਾਰੇ ਮੇਰੇ ਕੋਲ ਜਾਣਗੇ। ਮੇਰੇ ਕੋਲ ਇਹ ਕਹਿੰਦੀ ਵੀ ਮੈਂ ਆਪਣੀ ਤਾਂ ਰਾਜਨੀਤੀ ਚ ਮੁਕਾਵਾਂਗੇ, ਮੇਰੇ ਕੋਲ ਤੁਸੀਂ ਇੰਨੀ ਉੱਚਾ ਪੁਜਾੜ ਦਿੰਦਾ ਸੀਐਮ ਦੇ ਨਾਂ ਤੇ ਕੁਰਸੀ ਦੇ ਦਿੱਤੀ ਮੈਨੂੰ ਤੁਸੀਂ, ਮੇਰੇ ਕੋਲ ਕੋਈ ਨਾਮ ਦੀ ਲੋੜ ਕਹਿੰਦੀ ਮੈਂ ਬਰਾਦਰੀ ਦਾ ਪ੍ਰਧਾਨ ਹਾਂ, ਮੈਂ ਇਹਦੇ ਚ ਰਾਜਨੀਤੀ ਚੁੱਕੇ ਸਾਂ, ਮੇਰਾ ਨਾਮ ਕਿਸੇ ਜਾਂ ਮੇਰੇ ਕੋਲ ਟਿਕਟ ਮਿਲ ਰਿਹਾ ਸੀ, ਮੈਂ ਹੁਣ ਇੱਕ ਵੀ ਗੱਲ ਨਾਲ
ਸਾਰੇ ਪ੍ਰੈਸਾਂ ਦੇ ਕਰਦੇ ਬਾਕੀ ਮੈਂ ਜਦੋਂ ਉੱਠ ਕੇ ਕਹਿ ਰਿਹਾ ਮੈਂ ਅਗਰ ਕੋਈ ਬਰਾਦਰੀ ਦੇ ਬੰਦੇ ਉੱਤੇ ਕੱਢ ਦੇਣਾ ਉਹਦੇ ਨਾਲ ਅੱਜ ਅਸੀਂ ਅਖਿਲ ਭਾਰਤੀ ਬੋਲਪੁਰ ਮਹਾਂਸੰਘ ਪੰਜਾਬ ਦੀ ਕਾਰਜਕਾਰਨੀ ਘੋਸ਼ਿਤ ਕੀਤੀ ਹੈ ਅਤੇ ਉਹਦੀ ਘੋਸ਼ਿਤ ਕਰਨ ਵਾਸਤੇ ਅੱਜ ਅਸੀਂ ਇੱਥੇ ਮੀਟਿੰਗ ਕੀਤੀ ਸੀ ਉਸ ਤੋਂ ਬਾਅਦ ਅਸੀਂ ਪ੍ਰਮਾਣ ਪੱਤਰ ਦੇ ਕੇ ਉਸ ਤੋਂ ਬਾਅਦ ਅਸੀਂ ਏਜੰਡਾ ਲਿਆਇਆ ਜਿਹੜਾ ਕਿ ਉਹ ਦਿਖਾਉਣਾ ਯਾਰ ਕਿਤੇ ਹੈ ਹੈਲੋ ਏਜੰਡਾ ਕਿੱਦਾਂ ਅਸੀਂ ਇਹਦੇ 'ਚ 22 ਇਹ ਏਜੰਡੇ 'ਚ ਉਹ ਲੈ ਕੇ ਆਏ ਹਾਂ ਪੁਆਇੰਟ ਜਿਹੜਾ ਕਿ ਇਹ ਇਕੱਲਾ ਰਾਜਪੁਰੇ ਨਹੀਂ ਇਹ ਪੂਰੇ ਪੰਜਾਬ ਵਿੱਚ ਇਸ ਪੁਆਇੰਟ 'ਤੇ ਅਸੀਂ ਬੋਲਪੁਰ ਮਹਾਂਸੰਘ ਇਸ 'ਤੇ ਕੰਮ ਕਰੇਗਾ ਅਤੇ ਇਹਦੇ 'ਚ ਤੁਹਾਨੂੰ ਮੈਂ ਉਹਦੇ 'ਚ ਸਪੀਚ 'ਚ ਬੋਲ ਹੀ ਦਿੱਤਾ ਵੀ ਸਾਡੀ ਕੀ ਏਜੰਡੇ 'ਚ ਚੀਜ਼ਾਂ ਨੇ ਅਤੇ ਬਾਕੀ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਪਹਿਲਾਂ ਤਾਂ ਮੈਂ ਸਾਰੇ ਬੋਲਪੁਰ ਬਰਾਦਰੀ ਦਾ ਬੋਲਪੁਰ ਸਮਾਜ ਦਾ ਮੈਂ ਧੰਨਵਾਦ ਕਰਦਾ ਜਿੰਨੀ ਕਿ ਉਮੀਦ ਨਹੀਂ ਸੀ ਉਸ ਤੋਂ 100 ਗੁਣਾ ਮੈਂ 10 ਗੁਣਾ ਵੀ ਨਹੀਂ ਕਹੂੰਗਾ 100 ਗੁਣਾ ਜ਼ਿਆਦਾ ਅੱਜ ਲੋਕ ਵੱਧ ਚੜ੍ਹ ਕੇ ਆਏ ਨੇ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਵੀ ਬਾਹਰਲੇ ਸ਼ਹਿਰਾਂ ਤੋਂ ਬਹੁਤ ਲੋਕ ਆਏ ਨੇ 4-4, 5-5 ਬੰਦੇ ਜਿਵੇਂ ਕਿ ਸੁਨਾਮ ਭਵਾਨੀਗੜ੍ਹ ਅਬੋਹਰ ਬਠਿੰਡਾ ਪਟਿਆਲਾ ਸਮਾਣਾ ਨਾਭਾ ਪਟਿਆਲਾ ਆਪਣਾ ਦੇਵੀਗੜ੍ਹ ਲਾਲੜੂ ਆਪਣਾ ਬੱਸੀ ਮੁਰਿੰਡਾ ਸਰੰਦ ਗੋਬਿੰਦਗੜ੍ਹ ਖੰਨਾ ਆਪਣਾ ਮਾਣਕਪੁਰ ਖੇੜਾ ਅੱਛਾ ਜਿਹੜੇ ਆਪਣੇ ਹਲਕਾ ਰਾਜਪੁਰਾ ਨੂੰ ਪਿੰਡ ਲੱਗਦੇ ਜਿੱਥੇ ਜਿੱਥੇ ਸਾਡੀ ਬਰਾਦਰੀ ਬੱਟੀ ਹੈ ਅਤੇ ਆਪਣਾ ਜਾਂਸਲਾ ਮਤਲਬ ਕਿ ਤਕਰੀਬਨ ਜਿੱਥੋਂ ਜਿੱਥੋਂ ਅਸੀਂ ਬੰਦੇ ਬੁਲਾਏ ਸਾਰੇ ਪਾਸੋਂ ਜਿਹੜੇ ਇਹ ਜਿਹੜੀ ਸਾਡੀ ਕਾਰਜਕਾਰਨੀ ਮੀਟਿੰਗ ਸੀ ਇਹਦੇ 'ਚ ਸਿਰਫ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਅਸੀਂ ਹਰੇਕ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਿਰਫ 2-2 ਮੈਂਬਰ ਲਏ ਸੀ ਜਾਂ ਪ੍ਰਧਾਨ ਲਿਆ ਸੈਕਟਰੀ ਲਿਆ ਮਤਲਬ ਸਾਰੇ ਮੇਨ ਬੰਦੇ ਸੀਗੇ ਅਤੇ ਜਿਵੇਂ ਕਿ ਮੁਖੀ ਸਾਹਿਬਾਨ ਸੀ ਐੱਮ ਸੀ ਵੀ ਸੀਗੇ ਤੁਸੀਂ ਦੇਖਿਆ ਵੀ ਹਰੇਕ ਪਾਰਟੀ ਬਾਜੀ ਤੋਂ ਉੱਠ ਕੇ ਅੱਜ ਸਾਰੇ ਇਕੱਠੇ ਹੋਏ ਹੈ ਜਗੇ ਜਿਹੜੇ ਅੱਜ ਤੁਹਾਡਾ ਇਕੱਠ ਹੋਇਆ ਮਤਲਬ ਇਹਦੀ ਆਵਾਜ਼ ਜਿਹੜੀ ਹੈ ਸਰਕਾਰਾਂ ਤੱਕ ਵੀ ਪਹੁੰਚ ਗਈ ਹੋਣੀ ਹੁਣ ਤੱਕ ਅਤੇ ਇਹਦਾ ਸ਼੍ਰੇਅ ਕਿਸ ਨੂੰ ਦੇਣਾ ਚਾਹੋਗੇ ਇਹ ਸ਼ੇਰ ਇਹ ਸਾਰਾ ਸਾਡੇ ਬੋਲਪੁਰ ਸਮਾਨ ਨੂੰ ਜਾਂਦਾ ਅਤੇ ਬਰਾਦਰੀ ਨੂੰ ਜਿਹੜੀ ਗੱਲ ਤੁਸੀਂ ਉੱਥੇ ਬੜੀ ਜ਼ੋਰ ਦੀ ਹੱਥ ਮਾਰ ਕੇ ਕਹੀ ਹੈ ਕਿ ਅੱਜ ਤੋਂ ਬਾਅਦ ਜਿਹੜੀ ਕਿਸੇ ਵੀ ਬੋਲਪੁਰੀ ਬਰਾਦਰੀ ਦੇ ਕਿਸੇ ਵੀ ਨੁਮਾਇੰਦੇ ਦੇ ਜਾਂ ਕਿਸੇ ਵੀ ਆਮ ਬੰਦੇ ਦੇ ਕੋਈ ਧੱਕਾ ਹੋਏਗਾ ਅਤੇ ਤੁਹਾਨੂੰ ਕੀ ਲੱਗਦਾ ਕਿ ਪਿਛਲੇ ਟਾਈਮ 'ਚ ਧੱਕੇ ਕਰੇ ਸਰਕਾਰ ਦੇਖੋ ਜੀ ਅੱਜ ਤੋਂ ਪਹਿਲਾਂ ਜਿਹੜੀ ਮਰਜ਼ੀ ਸਰਕਾਰ ਰਹੀ ਹੋਵੇ ਮੈਨੂੰ ਨਹੀਂ ਪਤਾ ਕੀ ਧੱਕਾ ਹੋਇਆ ਕੀ ਨਹੀਂ ਹੋਇਆ ਜੋ ਵੀ ਹੋਇਆ ਹੁਣ ਮੰਨਿਆ ਕਈ ਵਾਰ ਸਾਡੇ ਮਜਬੂਰੀਆਂ ਹੁੰਦੀਆਂ ਅਤੇ ਮੈਂ ਅੱਜ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਪ੍ਰੈਸ ਨੂੰ ਵੀ ਅਤੇ ਹਲਕਾ ਰਾਜਪੁਰਾ ਦਾ ਵੀ ਖਾਸ ਤੌਰ 'ਤੇ ਮੈਂ ਵਿਸ਼ਵਾਸ ਦਿਵਾਉਂਦਾ ਖਾਸ ਤੌਰ 'ਤੇ ਸਾਰੇ ਪੰਜਾਬ ਵਿੱਚ ਸਾਡੇ ਲੋਕ ਬੈਠੇ ਬਰਾਦਰੀ ਦੇ ਲੋਕ ਜਿੱਥੇ ਵੀ ਬੈਠੇ ਹਨ ਅਗਰ ਮੈਨੂੰ ਕੋਈ ਮੈਸੇਜ ਆਏਗਾ ਮੈਂ ਹੁਣ ਅੱਜ ਤੋਂ ਬਾਅਦ ਧੱਕਾ ਨਹੀਂ ਹੋਣ ਦਿਆਂਗਾ ਜ਼ਿਲ੍ਹਾ ਸਤਰ 'ਤੇ ਔਰ ਜਿਹੜੇ ਮੰਡਲ ਸਤਰ 'ਤੇ ਤੁਸੀਂ ਬਣਾਉਣੀਆਂ ਹੈਗੀਆਂ ਇਹ ਕਦੋਂ ਤੱਕ ਬਣਾ ਦੋਗੇ ਇਹ ਅਸੀਂ ਪ੍ਰੇਮੀ ਜੀ ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ ਇਹ ਅਸੀਂ ਨਾ ਹੁਣ ਇੱਕ ਸਾਰੇ ਜਿਹੜੇ ਲੋਕ ਆਏ ਆ ਇਹਨਾਂ ਨਾਲ ਅਸੀਂ ਸੰਪਰਕ ਕਰਕੇ ਇਹਨਾਂ ਦੇ ਸ਼ਹਿਰ ਜਾਵਾਂਗੇ ਸ਼ਹਿਰ 'ਚ ਇਹਨਾਂ ਦਾ ਇੱਕ ਇਕੱਠ ਕਰਾਵਾਂਗੇ ਇਕੱਠ ਕਰਾ ਕੇ ਜਿਹੜੀ ਜਿੱਥੇ ਬਰਾਦਰੀ ਦਾ ਇਕੱਠ ਕਰਾ ਕੇ ਸਾਨੂੰ ਦੱਸਣਗੇ ਸਾਡਾ ਨੁਮਾਇੰਦਾ ਚਾਹੀਦਾ ਅਸੀਂ ਉਹੀ ਨੁਮਾਇੰਦਾ ਉਹੀ ਪ੍ਰਧਾਨ ਲਵਾਂਗੇ ਅਤੇ ਉਸ ਤੋਂ ਬਾਅਦ ਅਸੀਂ ਜ਼ਿਲ੍ਹਿਆਂ ਦਾ ਗਠਨ ਕਰਾਂਗੇ ਇਹਨੂੰ ਘੱਟੋ ਘੱਟ ਮਹੀਨੇ ਦੇ ਵਿੱਚ ਅਸੀਂ ਕਰ ਦਾਂਗੇ ਜੱਗਾ ਜੀ ਪਿਛਲੇ ਸਮੇਂ ਦੇ ਵਿੱਚ ਇਸੀ ਸਰਕਾਰ ਦੇ ਵਿੱਚ ਆਪਣੇ ਬੋਲਪੁਰੀ ਬਰਾਦਰੀ ਦੇ ਕੁਝ ਲੋਕਾਂ 'ਤੇ ਬਹੁਤ ਵੱਡੇ ਵੱਡੇ ਧੱਕੇ ਹੋਏ ਹੈ ਚਲੋ ਉਹ ਧੱਕੇ ਹੋ ਗਏ ਤੁਸੀਂ ਕਿਹਾ ਵੀ ਕੁਝ ਮਜਬੂਰੀਆਂ ਵੀ ਹੁੰਦੀਆਂ ਸਰਕਾਰਾਂ ਦੀਆਂ ਲੇਕਿਨ ਉਹ ਧੱਕਿਆਂ ਨੂੰ ਸੁਧਾਰਿਆ ਵੀ ਜਾ ਸਕਦਾ ਉਹ ਕਿਸ ਤਰ੍ਹਾਂ ਸੁਧਾਰਾਂਗੇ ਸਰਕਾਰਾਂ ਦੀ ਮਜਬੂਰੀ ਨਹੀਂ ਹੁੰਦੀ ਮੈਂ ਆਪਣੀ ਮਜਬੂਰੀ ਕਹੀ ਹੈ ਅਤੇ ਦੂਜੀ ਗੱਲ ਇਹ ਹੈ ਸੰਦੀਪ ਜੀ ਮੈਂ ਬਸ ਇੰਨੀ ਕੁ ਗੱਲ ਕਹੂੰਗਾ ਅੱਜ ਤੋਂ ਬਾਅਦ ਮੈਂ ਕਿਸੇ ਦੇ ਨਾਲ ਧੱਕਾ ਨਹੀਂ ਹੋਣ ਦਿੰਦਾ ਅਗਰ ਕਿਹਦੇ ਨਾਲ ਹੋਇਆ ਤਾਂ ਮੇਰੀ ਉਸਦੇ ਵਾਸਤੇ ਸਭ ਤੋਂ ਪਹਿਲਾਂ ਮੇਰੀ ਜਾਨ ਜਾਏਗੀ ਜਿਵੇਂ ਕਿ ਆਪਾਂ ਇਹ ਪ੍ਰੋਗਰਾਮ ਦੇਖਿਆ ਜਿਹੜਾ ਸਵੇਰੇ 9 ਵਜੇ ਤੋਂ ਲਗਭਗ ਉਰੇ ਜਿਹੜਾ ਹੈ ਬੋਲਪੁਰ ਬਰਾਦਰੀ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਸੀ ਜਗਦੀਸ਼ ਕੁਮਾਰ ਜੱਗਾ ਜਿਹੜੇ ਪੰਜਾਬ ਦੇ ਪ੍ਰਭਾਰੀ ਹੈ ਔਰ ਕਾਰਜਕਾਰਨੀ ਗਠਿਤ ਹੋ ਚੁੱਕੀ ਹੈ ਅਤੇ ਇਹਨਾਂ ਦਾ ਕਹਿਣਾ ਹੈ ਕਿ ਹੁਣ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਹ ਜਾ ਕੇ ਬੋਲਪੁਰੀ ਬਰਾਦਰੀ ਨੂੰ ਜਗਾਉਣਗੇ ਇਕਮੁੱਠ ਕਰਨਗੇ ਅਤੇ ਜਿਵੇਂ ਤੁਸੀਂ ਸਾਰਾ ਪ੍ਰੋਗਰਾਮ ਦੇਣਾ ਹੈਗਾ ਬੋਲਪੁਰੀ ਹਲਚਲ ਅਤੇ ਨਿਊਜ਼ 89 ਦੇ ਸਾਂਝੇ ਤੌਰ 'ਤੇ ਦੇਖਿਆ ਅਤੇ ਤੁਸੀਂ ਦੇਖਿਆ ਕਿ ਬੋਲਪੁਰੀ ਬਰਾਦਰੀ 'ਚ ਕਿੰਨਾ ਅੱਜ ਉਤਸ਼ਾਹ ਦੇਖਣ ਨੂੰ ਮਿਲਿਆ ਕਿੰਨਾ ਇਕੱਠ ਸੀਗਾ ਅਤੇ ਕਿਵੇਂ ਲੋਕਾਂ ਨੇ ਬੋਲਪੁਰੀ ਬਰਾਦਰੀ ਦੇ ਨੁਮਾਇੰਦਿਆਂ ਨੇ ਆਮ ਲੋਕਾਂ ਨੇ ਜਿਹੜੀਆਂ ਆਪਣੀਆਂ ਗੱਲਾਂ ਜਿਹੜੀਆਂ ਹੈਗੀਆਂ ਮੰਚ ਤੋਂ ਜਿਹੜੀ ਹੈ ਆਪਣੀ ਆਵਾਜ਼ ਜਿਹੜੀ ਹੈ ਬੁਲੰਦ ਕੀਤੀ ਹੁਣ ਜਿਹੜਾ ਜੇ ਪ੍ਰੋਗਰਾਮ ਕਾਮਯਾਬ ਹੋਇਆ ਇਸ ਪ੍ਰੋਗਰਾਮ ਤੋਂ ਬਾਅਦ ਹੁਣ ਐਂ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੋਲਪੁਰੀ ਬਰਾਦਰੀ ਜਿਹੜੀ ਹੈ ਇੱਕ ਮੰਚ 'ਤੇ ਇਕੱਠੀ ਹੋ ਕੇ ਅਤੇ ਇੱਕਜੁੱਟਤਾ ਦਾ ਜਿਹੜਾ ਸਬੂਤ ਦੇਗੀ ਅਤੇ ਆਉਣ ਵਾਲੇ ਦਿਨਾਂ ਜਿਵੇਂ ਜਗਦੀਸ਼ ਕੁਮਾਰ ਜੱਗਾ ਜੀ ਨੇ ਇਹ ਗੱਲ ਕਹੀ ਹੈ ਕਿ ਹੁਣ ਬਰਾਦਰੀ
ਬਰਾਦਰੀ ਤੇ ਤੱਕਾ ਕਰਨ ਵਾਲਿਆਂ ਨੂੰ ਜਿਹੜੀ ਹੈ ਉਹਨਾਂ ਦੀ ਆਖਰੀ ਚੇਤਾਵਨੀ ਹੈ ਵੀ ਹੁਣ ਜਿਹੜਾ ਹੈ ਉਹ ਬਰਾਦਰੀ ਦੇ ਕਿਸੇ ਵੀ ਆਮ ਬੰਦੇ ਤੇ ਕਿਸੇ ਵੀ ਖਾਸ ਬੰਦੇ ਤੇ ਤੱਕਾ ਨਹੀਂ ਹੋਣ ਦੇਣਗੇ। ਤੇ ਹੁਣ ਜਿਹੜਾ ਦੇਖਣਾ ਇਹ ਹੈ ਕਿ ਇਹ ਪ੍ਰੋਗਰਾਮ ਜਿਹੜਾ ਪੂਰੀ ਤਰ੍ਹਾਂ ਨਾਲ ਇਸ ਟਾਈਮ ਕਾਮਯਾਬ ਰਿਹਾ ਤੇ ਹੁਣ ਜਿਹੜੀ ਹੈ ਬਰਾਦਰੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਆ ਨਵਾਂ ਕਰਨ ਜਾਏਗੀ। ਰਾਜਪੁਰਾ ਤੋਂ ਕੈਮਰਾਮੈਨ ਲਲਿਤ ਕੁਮਾਰ ਦੇ ਨਾਲ ਮੀਡੀਆ ਪਰਸਨ ਸੰਦੀਪ ਚੌਧਰੀ, ਨਿਊਜ਼ 89 ਬਾਲਪੁਰੀ ਹਲਚਲ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਬਿਨੂ ਢਿੱਲੋਂ ਤੇ ਤੁਸੀਂ ਦੇਖ ਰਹੇ ਹੋ ਨਿਊਜ਼ 89। ਜੇ ਤੁਸੀਂ ਇਸ ਚੈਨਲ ਨੂੰ ਮਾਣਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਨਿਊਜ਼ 89। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਗੁਣ ਮਹਿਤਾ ਤੇ ਤੁਸੀਂ ਦੇਖ ਰਹੇ ਹੋ ਨਿਊਜ਼ 89 ਚੈਨਲ। ਲੇਟੈਸਟ ਅਪਡੇਟ ਸਭ ਤੋਂ ਪਹਿਲੇ ਦੇਖਣੇ ਕੇ ਲਈ ਸਬਸਕ੍ਰਾਈਬ ਕਰੇ ਨਿਊਜ਼ 89 ਔਰ ਪ੍ਰੈਸ ਕਰੇ ਬੈਲ ਆਈਕਨ।